ਵਾਹਿਗੁਰੂ ਕਲਗੀ ਵਾਲੇ ਦੀ ਜੀਵਨਾ ਸਿਫਤ ਕਰਨੀ ਜਿਵੇਂ ਅਰਸ਼ ਤੋਂ ਤੋੜਨਾ ਤਾਰਿਆਂ ਨੂੰ ਵਾਹਿਗੁਰੂ ਉਹਨਾਂ ਚੁੱਕ ਕੇ ਛਾਤੀ ਦੇ ਨਾਲ ਲਾਇਆ ਸਾਨੂੰ ਚਿਰਾਂ ਦੇ ਪਏ ਲਤਾੜਿਆਂ ਨੂੰ ਬਾਦਸ਼ਾਹ ਬਰਾਬਰ ਬਿਠਾ ਦਿੱਤਾ ਸਾਨੂੰ ਨੀਚ ਕਹੇ ਹੋਏ ਦਰਕਾਰਿਆਂ ਨੂੰ ਪੰਥ ਰਾਜ ਦੀ ਉਹਨਾਂ ਨੇ ਨੀਂਹ ਰੱਖੀ ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ ਜਦ ਵੀ ਧਰਮੋਂ ਦਾ ਕਿਤੇ ਵਿਰੋਧ ਹੋਇਆ ਜਾਨਾਂ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਚੀ ਉਡਾਰੀਆਂ ਖਾਲਸੇ ਨੇ ਸਿਦਕ ਸਬਰ ਤੇ ਅਣਖ ਦੀ ਲੈ ਗੁਲਤੀ ਦੇਹਾਂ ਫੇਰ ਹੀ ਧਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗਦੀ ਐ ਟੇਕਾ ਮੌਤ ਨੂੰ ਮਾਰੀਆਂ ਖਾਲਸੇ ਨੇ ਧਰਮੋਂ ਦਾ ਕਿਤੇ ਵਿਰੋਧ ਹੋਇਆ ਜਾਨਾਂ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਚੀ ਉਡਾਰੀਆਂ ਖਾਲਸੇ ਨੇ ਸਿਦਕ ਸਬਰ ਤੇ ਅਣਖ ਦੀ ਲੈ ਗੁੜਤੀ ਦੇਹਾਂ ਫੇਰ ਹੀ ਧਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗਦੀ ਐ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਜੋਣਾ ਜੋਧਿਆਂ ਦਾ ਮਰਦਾਂ ਵਾਂਗ ਮਰਨਾ ਮੁੱਢੋਂ ਰੇਹਾਂ ਨਿਸ਼ਾਨਾ ਏ ਖਾਲਸੇ ਦਾ ਚੜ੍ਹਦੀ ਕਲਾ ਸਰਬੱਤ ਦੇ ਪਲੇ ਵਾਲਾ ਵੇ ਸਿੰਘੋ ਪਲੇ ਵਾਲਾ ਉੱਚਾ ਸੁੱਚਾ ਤਰਾਨਾ ਏ ਖਾਲਸੇ ਦਾ ਸੀਸ ਤਲੀ ਤਰਿਆਰ ਦੀ ਗਲੀ ਜਾਣਾ ਰੱਬੀ ਰੂਪ ਦੀਵਾਨਾ ਹੈ ਖਾਲਸੇ ਦਾ ਦੀਦੀ ਛੇਟ ਪੀ ਕੇ ਚਿੜੀਆਂ ਬਾਜ ਮਾਰੇ ਅੰਮ੍ਰਿਤਮਈ ਖਜ਼ਾਨਾ ਹੈ ਖਾਲਸੇ ਦਾ ਸ਼ਾਂਤਮਈ ਰਹਿਣਾ ਨਿਰਾ ਸਿੱਖਿਆ ਨੇ ਲੜੇ ਖਾਲਸਾ ਤੇਗ ਦੀ ਧਾਰ ਬਣ ਕੇ ਇਹਨੂੰ ਪਿਤਾ ਦਸ਼ਮੇਖ ਨੇ ਸਾਜੀ ਆਏ ਵੇ ਸਿੰਘੋ ਸਾਜੀ ਆਏ ਇਹਨੂੰ ਪਿਤਾ ਦਸ਼ਮੇਖ ਨੇ ਸਾਜੀ ਆਏ ਚੜੇ ਖਾਲਸਾ ਜੀਤ ਜੋ ਜਾਰ ਬਣ ਕੇ ਸੁੱਚਾ ਫੁੱਲ ਗੁਲਾਬ ਦਾ ਮਿੱਤਰਾਂ ਲਈ ਵੱਜੇ ਵੈਰੀਆਂ ਨੂੰ ਤਿੱਖਾ ਖਾਲ ਬਣ ਕੇ ਸਵਾ ਲੱਖ ਨਾਲ ਖਾਲਸਾ ਲੜੇ ਕੱਲਾ ਗੱਜੇ ਜੰਗ ਵਿੱਚ ਸ਼ਾਹ ਸਵਾਰ ਬਣ ਕੇ ਚੜੇ ਚਰਖੜੀ ਯਾਰੀਆਂ ਚੀਰ ਛੱਡੇ ਓਏ ਜੋਦੇ ਚੀਰ ਛੱਡੇ ਚੜੇ ਚਰਖੇੜੀ ਯਾਰੀਆਂ ਤੀਰ ਛੱਡੇ ਬੰਦ ਬੰਦ ਕਟਵਾਏ ਤੇ ਖਾਲਸੇ ਨੇ ਇੱਟਾਂ ਹੱਟੀਆਂ ਮਿੱਜ ਦਾ ਲਾਗਾਰਾ ਕੌਮੀ ਮਾਲ ਬਣਾਏ ਤੇ ਖਾਲਸੇ ਨੇ ਓ ਸ਼ਾਨ ਖਾਲਸੇ ਦੀ ਉੱਚੀ ਜੱਗ ਨਾਲ ਸੀਸ ਤਾਲੀ ਟਕਾਏ ਤਾਂ ਖਾਲਸੇ ਨੇ ਧਰਤੀ ਕੰਬੀ ਅਸਮਾਨ ਵੀ ਡੋਲ ਗਿਆ ਅਟਕ ਜਾਏ ਅਟਕਾਏ ਤਾਂ ਖਾਲਸੇ ਨੇ ਬਿਜਲੀ ਅਜੇ ਵੀ ਸਿੰਘਾਂ ਦੀ ਤੇਗ ਅੰਦਰ ਅਣਖੀ ਅਜੇ ਵੀ ਖੰਡਾ ਏ ਖਾਲਸੇ ਦਾ ਧਰਤੀ ਪੂਜਦੀ ਅਰਸ਼ ਵੀ ਕਰੇ ਸਿਜਦਾ ਉੱਚਾ ਝੁੱਲ ਦਾ ਝੰਡਾ ਏ ਖਾਲਸੇ ਦਾ ਜਿੱਥੇ ਸੱਚ ਤੇ ਝੂਠ ਦੀ ਪਰਖ ਹੋਵੇ ਬੋਲ ਤੋਲ
ਨਿਆਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਅੰਤਰਜਾਮੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਮਹਾਰਾਜ ਦੀ ਚਰਨਾਂ ਵਿੱਚ ਆਪ ਜੀ ਸਜੇ ਹੋਏ ਗੁਰੂ ਖਾਲਸਾ ਜੀ ਨੂੰ ਅਤੇ ਸਤਿਗੁਰੂ ਸਾਹਿਬ ਜੀ ਨੂੰ ਬੜੇ ਅਦਬ ਪਿਆਰ ਸਤਿਕਾਰ ਨਾਲ ਫਤਿਹ ਅਰਜ ਹੈ। ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੰਮ ਤੇ ਤੁਸੀਂ ਦੋਹਰੇ ਫਤਿਹ ਬੁਲਾਉਣ ਵਾਲਾ ਕੀਤਾ, ਪਰ ਮੈਂ ਤੁਹਾਨੂੰ ਹੁਣ ਬਹੁਤਾ ਤੰਗ ਕਰਨਾ ਨਹੀਂ ਗਾ। ਇੱਕ ਤੇ ਸਮਾਂ ਗਰਮੀ ਦਾ ਅਤੇ ਦੂਸਰਾ ਪ੍ਰਤਾਪ ਵੀ ਗਰਮੀ ਦਾ ਪੂਰਾ ਪੈ ਰਿਹਾ, ਫਿਰ ਇੱਕ ਤੁਸੀਂ ਬੈਠੇ ਸਵੇਰ ਦੇ ਹੋ, ਤੁਹਾਨੂੰ ਤੰਗ ਕਰਨ ਦਾ ਹੁਣ ਮੇਰਾ ਮਨ ਹੀ ਨਹੀਂ ਹੈਗਾ। ਮੈਨੂੰ ਜਿੰਨਾ ਸਮਾਂ ਮਿਲਿਆ ਨਾ, ਮੇਰਾ ਇੱਕ ਇੱਕ ਮਿੰਟ ਕੀਮਤੀ ਆ ਅਤੇ ਮੈਂ ਇਤਿਹਾਸ ਸੁਣਾਉਣ ਦੇ ਪੂਰੇ ਇਰਾਦੇ 'ਚ ਆਇਆ, ਫਿਰ ਇਸ ਕਰਕੇ ਮੈਂ ਇਤਿਹਾਸ ਸੁਣਾਉਣਾ ਸੋਚਿਆ ਤਾਂ ਮੈਂ ਕੁਝ ਹੋਰ ਸੀ, ਪਰ ਸਟੇਜ ਦੀ ਇਹ ਮਰਿਆਦਾ ਹੁੰਦੀ ਆ ਵੀ ਜਿਹੜੀ ਲੜੀ ਚੱਲੇ, ਮੇਰੇ ਤੋਂ ਪਹਿਲਾਂ ਜਿਹੜਾ ਜੋ ਕਰਕੇ ਗਿਆ ਵਾ, ਕੋਸ਼ਿਸ਼ ਕਰਨੀ ਆ ਵੀ ਉਹ ਤੋਂ ਗਾਂਹ ਜਾਣਾ ਜਾਂ ਉਹਨੂੰ ਬਰਕਰਾਰ ਰੱਖਣਾ, ਇਹ ਸਟੇਜ ਦੀ ਮਰਿਆਦਾ ਹੁੰਦੀ ਆ। ਮੇਰੇ ਤੋਂ ਪਹਿਲਾਂ ਢਾਡੀ ਸਿੰਘ ਕਮਾਲ ਕਰ ਗਏ, ਬੀਬੀਆਂ ਦਾ ਜਥਾ ਸੀ ਉਹਦੇ ਵਿੱਚ ਸਰੰਗੀ ਵਾਲੇ ਜੋਧੇ, ਅਤੇ ਮੈਂ ਬੜਾ ਖੁਸ਼ ਹੋਇਆ। ਜਥਾ ਤਾਂ ਸਾਰੇ ਹੀ ਵਧੀਆ, ਸੋਹਣਾ ਗਾਇਆ, ਉਹਨਾਂ ਨੂੰ ਗੱਲਬਾਤ ਦਾ ਤਰੀਕਾ ਵੀ ਚੰਗਾ, ਅਤੇ ਨਾਲੇ ਉਹਨਾਂ ਮਾਈਆਂ ਵਾਸਤੇ ਉਹ ਸਿੱਖਿਆ ਵਾ ਜਿਹੜੀਆਂ ਕਹਿੰਦੀਆਂ ਵੀ ਆਈਲੈਟਸ ਕਰਕੇ ਮੈਂ ਬਾਹਰ ਹੀ ਜਾਣਾ, ਇੱਥੇ ਤਾਂ ਫਿਊਚਰ ਹੀ ਨਹੀਂ ਹੈਗਾ, ਉਹਨਾਂ ਲਈ ਉਹ ਸਿੱਖਿਆ ਵਾ। ਖਾਲਸਾ ਜੀ, ਉਹਨਾਂ ਭੈਣਾਂ ਨੇ ਬਹੁਤ ਸੋਹਣਾ ਬੀਰਾਸਮਈ ਇਤਿਹਾਸ ਤੁਹਾਨੂੰ ਸੁਣਾਇਆ ਵਾ, ਤੁਸੀਂ ਸੁਣਿਆ। ਸਰੰਗੀ ਵਾਲੇ ਜੋਧੇ 'ਤੇ ਮੈਂ ਤਾਂ ਖੁਸ਼ ਹੋਇਆ ਵੀ ਉਹ ਚੱਲਦਿਆਂ ਚੱਲਦਿਆਂ ਸਰੰਗੀ ਦੀ ਇੱਕ ਤੰਦ ਟੁੱਟ ਗਈ, ਉਹ ਜਵਾਨ ਨੇ ਉਸੇ ਵੇਲੇ ਗੰਢੀ ਅਤੇ ਫਿਰ ਆਪਣਾ ਅਗਲਾ ਛੰਦ ਗਾਇਆ। ਇਹ ਆ ਸਿੱਖੇ ਹੋਏ ਬੰਦਿਆਂ ਦੀ ਗੱਲ। ਅਤੇ ਮੈਨੂੰ ਬਾਅਦ 'ਚ ਪਤਾ ਲੱਗਾ ਵੀ ਉਹਦੇ ਦੀਪ ਗਿਆਨੀ ਜੀ ਢਾਡੀ ਸਿੰਘ ਹੋਏ ਤੁਹਾਡੇ ਏਰੀਏ ਦੇ ਖਾਨਦਾਨੀ ਢਾਡੀ ਨੇ, ਫਿਰ ਉਹ ਖੂਨ ਵਿੱਚ ਵਿੱਦਿਆ ਆਉਂਦੀ ਆ। ਮੈਂ ਅਰਦਾਸ ਕਰਦਾ ਵੀ ਉਹ ਜੋਧੇ ਦੀ ਚੜ੍ਹਦੀ ਕਲਾ ਰਵੇ। ਉਹ ਸਰੰਗੀ ਵਜਾਈ ਵੀ ਉਹਨਾਂ ਬੜੀ ਸੋਹਣੀ ਹੈ। ਇੱਕ ਨਾ ਸਰੰਗੀ ਵਾਲੇ ਨੂੰ ਕਿਸੇ ਸਿਧਰੇ ਜਿਹੇ ਜੱਟ ਨੇ ਘੇਰ ਲਿਆ, ਕਹਿੰਦਾ ਵੇ ਮੈਂ 2 ਘੰਟੇ ਤੇਰੇ ਮੂੰਹ ਵੱਲ ਵਹਿੰਦਾ ਰਿਹਾ, ਉਹੀ 2 ਤਾਰਾਂ 'ਤੇ ਤੂੰ ਗੱਜ ਜਿਹਾ ਵਜਾ ਕੇ ਚਲਿਆ ਗਿਆ, ਸਰੰਗੀ ਸਾਰੀ ਨਹੀਂ ਵਜਾਉਣੀ ਆਉਂਦੀ ਤੈਨੂੰ। ਉਹ ਕਹੇ ਵੀ ਵੱਜਦੀ ਇੱਦਾਂ ਵਾ, ਮੇਰੇ ਉਸਤਾਦ ਵੀ ਐਵੇਂ ਵਜਾਉਂਦੇ ਸੀ, ਮੈਂ ਸਿੱਖੀ ਵੀ ਐਵੇਂ ਹਾਂ ਅਤੇ ਵੱਜਦੀ ਐਵੇਂ ਹਾਂ। ਉਹ ਕਹਿੰਦੇ ਕਿੱਥੇ ਐਵੇਂ ਵੱਜਦੀ ਆ, ਉਹੀ 2 ਤੰਦਾਂ ਬਸ ਉੱਥੇ ਗੱਜ ਚੱਲਦਾ ਰਿਹਾ। ਉਹ ਹਿਸਾਬ ਲਾ ਗਿਆ ਵੀ ਇਹਨੂੰ ਕੱਖ ਨਹੀਂ ਪਤਾ, ਕਿਉਂਕਿ ਸਰੰਗੀ ਤਾਂ ਐਵੇਂ ਵੱਜਦੀ ਆ। ਉਹ ਕਹਿੰਦਾ ਵੀ ਮੈਨੂੰ ਸਮਝਾਏਗਾ ਤਾਂ ਜਾਣ ਦਾਂਗਾ, ਨਹੀਂ ਤਾਂ ਜਾਣ ਨਹੀਂ ਦੇਣਾ। ਉਹ ਕਹਿੰਦਾ ਅੱਛਾ, ਜਦੋਂ ਜਨਾਨੀ ਦੇ ਪੈਂਦੀਆਂ ਹੋਣ, ਜਨਾਨੀ ਕੁੱਟੀ ਦੀ ਹੋਵੇ ਨਿਆਣੇ ਨਾਲ, ਆਪੇ ਨਹੀਂ ਰੋਣ ਲੱਗ ਜਾਂਦੇ ਪੈਂਦੀਆਂ ਵੇਖ ਕੇ ਹੀ? ਉਹ ਕਹਿੰਦਾ ਵਜਾਈਆਂ ਮੈਂ 2 ਹੀ ਨੇ, ਬਾਕੀ ਸਾਰੀਆਂ ਤਰਪਾ ਉਹ ਤੰਦੀਆਂ ਮਗਰ ਆਪੇ ਹੀ ਵੱਜੀਆਂ ਨੇ, ਉੱਦਾਂ ਜਿੱਦਾਂ ਮਾਈ ਨੂੰ ਕੁੱਟ ਪੈਂਦੀ ਵੇਖ ਨਿਆਣੇ ਰੋਂਦੇ ਆ। ਉਹ ਕਹਿੰਦਾ ਸਰੰਗੀ ਐਵੇਂ ਹੀ ਵੱਜਦੀ ਹੈ। ਉਹ ਜੋਧੇ ਨੇ ਕਮਾਲ ਕਰਤੀ ਹੈ। ਮੈਂ ਉਹਦੀ ਚੜ੍ਹਦੀ ਕਲਾ ਦੀ ਵੀ ਅਰਦਾਸ ਕਰਦਾ। ਹੁਣ ਸਮਾਂ ਐਂਡ ਵਾਲਾ ਅਤੇ ਸੰਗਤਾਂ ਦੇ ਜਾਣ ਦਾ ਮਨ ਬਣ ਜਾਂਦਾ, ਅਤੇ ਤੁਸੀਂ ਵੇਖ ਵੀ ਲਓ ਕਿਸੇ ਸਿੰਘ ਨੇ ਜਾਣਾ ਹੋਵੇ ਚੁੱਪ ਕਰਕੇ ਰਾਹ ਪੈ ਜਾਂਦਾ, ਪਰ ਮਾਈਆਂ ਨਹੀਂ ਇੱਦਾਂ ਜਾਂਦੀਆਂ। ਹੁਣ ਤਾਂ ਇੱਧਰ ਵੀ ਵਾਹਵਾ ਲਿੱਸਾ ਕੰਮ ਹੋ ਗਿਆ, ਪਰ ਚਲੋ ਮਾਈਆਂ ਦਾ ਹਿਸਾਬ ਇੱਦਾਂ ਹੁੰਦਾ ਵੀ ਇੱਕ ਨੇ ਜਾਣਾ, ਉਹਨੇ ਫਿਰ ਦੂਜੀ ਨੂੰ ਪੁੱਛਣਾ, ਦੂਜੀ ਨੇ ਕਹਾ ਤੀਜੀ ਨੂੰ, ਉਹਨੇ ਕਹਾ ਚੌਥੀ ਨੂੰ। ਜਾਣਾ ਤਾਂ 2 ਜਾਣੀਆਂ ਹੁੰਦਾ, ਅੱਧਾ ਪਿੰਡ ਠਾਲ ਕੇ ਲੈ ਜਾਂਦੀਆਂ। ਪਰ ਚਲੋ ਤੁਸੀਂ ਜਿੰਨੇ ਜਾਣੇ ਵੀ ਬੈਠੇ ਹੋ, ਪਾਗਾਂ ਵਾਲੇ ਹੋ, ਹੁਣ ਤਾਂ ਮੈਂ ਇਹੋ ਹੀ ਕਹਾਂਗਾ ਅਤੇ ਮੈਂ ਇਤਿਹਾਸ ਉਹੀ ਸੁਣਾਉਣਾ ਜਿਹੜਾ ਆਰੰਭ ਹੋ ਚੁੱਕਿਆ। ਆਪ ਜੀ ਨੇ ਉਹ ਇਤਿਹਾਸ ਨੂੰ ਸੁਣਿਆ। ਮੈਂ ਇੱਕ ਵਾਰੀ ਪੰਛੀ ਝਾਤ ਪਿੱਛੇ ਤੋਂ ਕਰਨੀ ਚਾਹੁੰਦਾ ਹਾਂ। ਇਹ ਭਾਰਤ ਨੂੰ ਲੁੱਟਣ ਵਾਸਤੇ 4ਵੀਂ ਵਾਰੀ ਅਹਿਮਦ ਸ਼ਾਹ ਵਾਲੀ ਚੜ੍ਹ ਕੇ ਆਇਆ। ਉਹ ਇਕੱਲਾ ਨਹੀਂ ਆਇਆ, ਉਹਨੇ ਆਪਣੇ ਨਾਲ ਬੜੇ ਖੂੰਖਾਰ ਜਵਾਨ ਲਿਆਂਦੇ। ਜਦੋਂ ਉਹਨੇ ਲੁੰਡਾ ਦਰਿਆ ਲੰਘਿਆ ਅਤੇ ਲਾਹੌਰ ਆਇਆ,
ਲਾਹੌਰ ਤੋਂ ਬਾਅਦ ਉਹਦਾ ਫਿਰ ਮਾਝੇ ਵਿੱਚ ਕਦਮ ਧਰਿਆ ਗਿਆ। ਮਾਝੇ ਵਿੱਚ ਦਲ ਖਾਲਸਾ ਰਹਿੰਦਾ ਸੀ, ਉਸ ਸਮੇਂ ਪੰਥ ਦੇ ਸਿੰਘ ਸਾਹਿਬਾਨ ਜਥੇਦਾਰ ਰਹਿੰਦੇ ਸੀ। ਉਹਨਾਂ ਵੇਖਿਆ ਵੀ ਦਲ ਹੀ ਆਇਆ ਖਾਲੀ ਹੱਥੀ ਆ, ਇਹਨੂੰ ਰੋਕਣ ਦਾ ਕੋਈ ਮਤਲਬ ਨਹੀਂ, ਗਾਂ ਜਾਣ ਦਿਉ, ਇਹ ਦੁਨੀਆ ਹੈ ਹੀ ਇੱਦਾਂ ਦੀ ਹੈ। ਜਿਹੜੇ ਬੰਦਿਆਂ ਵਾਂਗ ਗੁਰੂ ਘਰ ਮਾਇਆ ਨਹੀਂ ਨਾ ਦਿੰਦੇ, ਜਿਹੜੇ ਬਾਬੇਕਿਆਂ ਨੂੰ ਨਹੀਂ ਨਾ ਦਿੰਦੇ, ਉਹਨਾਂ ਕੋਲ ਫਿਰ ਬਾਬਰ ਕੇ ਲੈਂਦੇ ਆ। ਉਹਨਾਂ ਕੋਲ ਪੁਲਿਸ ਲੈ ਜੇ, ਵਕੀਲ ਲੈ ਜਾਣ, ਚੋਰੀ ਹੋ ਜੇ, ਡਾਕਟਰ ਲੈ ਜਾਣ, ਉਹ ਪੁੱਠੇ ਬੰਨੇ ਚਲੇ ਜਾਂਦੇ ਆ ਜਿਹੜੇ ਗੁਰੂ ਕਿਆਂ ਨੂੰ ਨਹੀਂ ਦਿੰਦੇ। ਅਤੇ ਹੋਇਆ ਕਿ ਭਾਈ ਅਬਦਾਲੀ ਆਇਆ, ਸਿੰਘ ਆਖਿਆ ਵੀ ਇਹਨੂੰ ਗਾਂਹ ਜਾਣ ਦਿਓ। ਖਾਲਸੇ ਨੇ ਅਬਦਾਲੀ ਦਾ ਰਾਹ ਡੱਕਿਆ ਹੀ ਨਾ, ਉਹ ਗਿਆ ਦਿੱਲੀ, ਫਿਰ ਗਿਆ ਮਥੁਰਾ। ਉਹਨੇ ਨਿਰਾ ਸੋਨਾ ਚਾਂਦੀ ਨਹੀਂ ਲੁੱਟਿਆ, ਮੰਦਰਾਂ ਵਿੱਚ ਪਈਆਂ ਮੂਰਤੀਆਂ ਵੀ ਚੁੱਕ ਲਿਆਇਆ, ਸੋਨੇ ਚਾਂਦੀ ਦੇ ਭਾਂਡੇ ਚੁੱਕ ਲਿਆਇਆ। ਜਦੋਂ ਆਇਆ ਦਿੱਲੀ, ਉਹਨੂੰ ਪਤਾ ਸੀ ਵੀ ਖਾਲਸਾ ਮੇਰੇ ਅੱਗੇ ਅੜੇਗਾ, ਉਹ ਪਹਾੜਾਂ ਥਾਣੀ ਹੋ ਕੇ ਤੁਰ ਪਿਆ। ਖਾਲਸੇ ਨੂੰ ਮੌਜ ਲੱਗ ਗਈ, ਖਾਲਸੇ ਨੇ ਪਹਾੜਾਂ 'ਚ ਇਹੋ ਜਿਹਾ ਅਬਦਾਲੀ ਲੁੱਟਿਆ, ਲਾਹੌਰ ਜਾਂਦਿਆਂ ਤੱਕ ਬਿਲਕੁਲ ਖਾਲੀ ਕਰਤਾ। ਜਦੋਂ ਲਾਹੌਰ ਪਹੁੰਚਿਆ, ਉਹਨੂੰ ਬੜਾ ਗੁੱਸਾ ਚੜਿਆ, ਉਹਨੇ ਫਿਰ ਲਾਹੌਰ ਦਾ ਸੂਬੇਦਾਰ ਆਪਣਾ ਪੁੱਤਰ ਤੈਮੂਰ ਬਣਾਇਆ, ਅਤੇ ਤੈਮੂਰ ਦੀ ਕਮਾਨ ਥੱਲੇ 10,000 ਬੰਦਾ ਛੱਡ ਕੇ ਅਤੇ ਜਹਾਨ ਖਾਨ ਨਾਂ ਦਾ ਜਰਨੈਲ ਛੱਡ ਕੇ ਆਖਿਆ ਵੀ ਵਾਪਸ ਇਰਾਨ ਉਦੋਂ ਆਇਓ ਜਦੋਂ ਇਸ ਧਰਤੀ 'ਤੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਇਹ ਗੱਲ ਕਹਿ ਕੇ ਅਬਦਾਲੀ ਵਾਪਸ ਮੁੜ ਗਿਆ। ਤੈਮੂਰ ਨੇ ਪੂਰੀ ਖੋਜ ਕੀਤੀ, ਉਹਨੇ ਪਤਾ ਕੀਤਾ ਵੀ ਖਾਲਸਾ ਮਰੇਗਾ ਕਿੱਥੋਂ। ਅੱਜ ਵੀ ਖਾਲਸੇ ਨੂੰ ਮਾਰਨਾ ਕੋਈ ਔਖਾ ਕੰਮ ਨਹੀਂ ਗਾ, ਬਸ ਆਪਸ ਵਿੱਚ ਫੁੱਟ ਪਵਾ ਦਿਓ, ਮਰੇ ਤਾਂ ਪਹਿਲਾਂ ਹੀ ਪਏ ਆ। ਹੁਣ ਸਿੱਖ ਦਾ ਸਿੱਖ 'ਤੇ ਕੋਈ ਯਕੀਨ ਨਹੀਂ ਰਹਿ ਗਿਆ, ਸਿੱਖ ਸਿੱਖ 'ਤੇ ਯਕੀਨ ਨਹੀਂ ਕਰਦਾ, ਸਾਰੇ ਸਿੱਖ ਗੁਰੂ 'ਤੇ ਯਕੀਨ ਨਹੀਂ ਕਰਦੇ। ਕੋਈ ਵਿਰਲਾ ਹੀ ਆ ਜਿਹੜਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਆ, ਨਹੀਂ ਤਾਂ ਸਿੱਖ ਵੀ ਬੇਅਦਬੀਆਂ ਕਰਨ ਡਏ ਆ। ਉਹੋ ਹੀ ਹੱਥ ਉੱਥੇ ਥੱਲੇ ਲਾਏ, ਉਹਨਾਂ ਹੱਥਾਂ ਨੇ ਜਾ ਕੇ ਤਾਬਿਆਂ 'ਤੇ ਬਹਿ ਗਏ, ਉਹੋ ਹੀ ਹੱਥ ਥੱਲੇ ਲੱਗੇ, ਉਹੋ ਹੀ ਹੱਥ ਰੁਮਾਲੇ ਨੂੰ ਲੱਗੇ, ਉਹੋ ਹੀ ਹੱਥ ਅੰਗਾਂ ਨੂੰ ਲੱਗੇ। ਆਹ ਵਾ ਸਾਡੇ ਸਿੱਖਾਂ ਦੀ ਦਸ਼ਾ। ਉਹਨੇ ਆਖਿਆ ਵੀ ਖਾਲਸਾ ਮਾਰੇਗਾ ਫਿਰ ਵਾਪਸ ਆਵੀਂ। ਤੈਮੂਰ ਨੇ ਹਿਸਾਬ ਲਾਇਆ ਵੀ 10,000 ਬੰਦੇ ਨਾਲ ਤਾਂ ਖਾਲਸਾ ਨਹੀਂ ਮਰਨਾ। ਉਹਨੇ ਇਲਾਕੇ ਦੇ ਲਾਗੇ ਬੰਨੇ ਇਲਾਕਿਆਂ ਵਿੱਚੋਂ 30,000 ਮੁੰਡਾ ਭਰਤੀ ਕੀਤਾ। ਉਹ 30,000 ਲੈ ਕੇ ਨਹੀਂ ਆਇਆ, ਉਹ ਸਾਡੇ ਘਰਾਂ ਵਿੱਚ ਅੱਜ ਤਾਂ ਹਮ ਦੋ ਹਮਾਰੇ ਦੋ ਸਕੀਮ ਹੀ ਚੱਲ ਪਈ ਆ। ਨਹੀਂ ਤਾਂ ਪੁਰਾਣੇ ਬਜ਼ੁਰਗਾਂ ਨੂੰ ਪਤਾ 8, 9, 10 ਜਵਾਕ ਹੁੰਦੇ ਸੀ, ਅਤੇ ਇਹਨਾਂ ਵਿੱਚੋਂ 4-5 ਜੇ ਨਿਕੰਮੇ ਵੀ ਨਿਕਲ ਆਉਣ, ਕੋਈ 4-5 ਦੇ ਚੱਜ ਦੇ ਹੁੰਦੇ ਹੀ ਸੀ। ਹੁਣ ਉਹੀ ਇੱਕ ਅੱਧਾ ਜੰਮਿਆ ਹੁੰਦਾ, ਉਹ ਸੰਘ 'ਚ ਅੰਗੂਠਾ ਦੇ ਕੇ ਫੋਨ ਲੈਂਦਾ, ਉਹ ਸੰਘ 'ਚ ਅੰਗੂਠਾ ਦੇ ਕੇ ਬੁਲਟ ਲੈਂਦਾ, ਉਹ ਕਹਿੰਦਾ ਮੈਨੂੰ ਬਾਹਰ ਕਲਾ ਨਹੀਂ ਤਾਂ ਮੈਂ ਮਰਿਆ। ਅਤੇ ਹੁਣ ਮਰਦੇ ਨੂੰ ਅੱਕ ਚੱਬਣਾ ਹੀ ਪੈਂਦਾ, ਮਾਂ ਪਿਓ ਦੇ ਵੀ ਸੰਘ 'ਚ ਜਾਨ ਆ ਜਾਂਦੀ ਹੈ। ਪਰ ਖਾਲਸਾ ਜੀ ਉਦੋਂ ਜੰਮੇ ਬਥੇਰੇ ਹੁੰਦੇ ਸੀ, ਅਤੇ ਮੂਰ ਨੇ ਉਹ ਸਾਰੇ ਮੁੰਡੇ ਭਰਤੀ ਕੀਤੇ, ਸਾਡੇ ਹੀ ਜਵਾਨ ਭਰਤੀ ਕਰਕੇ 40,000 ਉਹਨੇ ਬੰਦਾ ਭਰਤੀ ਕੀਤਾ। ਫਿਰ ਉਹਨੇ ਇਕੱਲਾ ਇੱਕ ਹੀ ਗੁਰੂ ਘਰ ਨਹੀਂ ਤੱਕਿਆ, ਉਸ ਏਰੀਏ ਵਿੱਚ ਡੇਰਾ ਸਾਹਿਬ, ਨਨਕਾਣਾ ਸਾਹਿਬ, ਪੰਜਾ ਸਾਹਿਬ, ਰੋੜੀ ਸਾਹਿਬ, ਡੇਰਾ ਬਾਬਾ ਨਾਨਕ, ਇਸ ਤਰ੍ਹਾਂ ਤਰਨ ਤਾਰਨ ਸਾਹਿਬ, ਫਿਰ ਉਹ ਆਇਆ ਹਰਿਮੰਦਰ ਸਾਹਿਬ। ਉਹਨੇ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਿਆ, ਉਹਨੇ ਹਰਿਮੰਦਰ ਦੇ ਉੱਤੇ ਤੋਪਾਂ ਚਲਾਈਆਂ। ਇਹ ਦਸ਼ਾ ਸਿੰਘਾਂ ਕੋਲ ਜਰੀ ਨਾ ਗਈ। ਇੱਕ ਸਿੰਘ ਦਮਦਮਾ ਸਾਹਿਬ ਪਹੁੰਚਿਆ, ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਨੂੰ ਹਾਲ ਦੱਸਿਆ। ਬਾਬਾ ਜੀ ਨੇ ਉੱਥੇ ਹੀ ਲਿਖਾਈ ਦਾ ਪੈਰਾ ਬੰਦ ਕੀਤਾ। ਬਾਬਾ ਜੀ ਦਾ ਬਿਰਧ ਸਰੀਰ ਚਿੱਟਾ ਦਾੜਾ, ਪਰ ਬਲੀ ਸੂਰਮੇ ਸੀ। ਬਾਬਾ ਜੀ ਨੇ ਆਖਿਆ ਫੇਰ ਲਿਖ ਲਾਂਗੇ ਪੋਥੀਆਂ, ਚਲੋ ਪਹਿਲਾਂ ਹਰਿਮੰਦਰ ਦੀ ਆਣ ਸ਼ਾਨ ਵਾਸਤੇ ਤੁਰੀਏ। ਇਹ ਤੁਰਦੇ ਉਹ ਸੀ ਜਿਨ੍ਹਾਂ ਦੇ ਅੰਦਰ ਗੁਰੂ ਦੇ ਵਾਸਤੇ ਮਰਨ ਦਾ ਚਾਅ ਸੀ,
ਜਿਹੜੇ ਆਪਸ 'ਚ ਲੜ ਕੇ ਮਰਦੇ ਇਹੋ ਜਿਹੇ ਬੰਦੇ ਧਰਮ ਯੁੱਧ ਕਰ ਹੀ ਨਹੀਂ ਸਕਦੇ। ਸਿੰਘ ਸਾਹਿਬ ਜੀ ਦਾ ਬਚਨ ਮੰਨ ਕੇ ਜਿੰਨੇ ਸਿੰਘ ਸੀ ਤਕਰੀਬਨ ਸਾਰੇ ਤਿਆਰ ਹੋਏ। ਬਾਬਾ ਜੀ ਦੇ ਚਾਚੇ ਦਾ ਪੁੱਤ ਭਰਾ ਬਾਬਾ ਨੌਦ ਸਿੰਘ ਸਾਹਿਬ, ਇਹਨਾਂ ਨੂੰ ਬਾਬਾ ਦੀਪ ਸਿੰਘ ਕਹਿੰਦੇ ਵੀ ਤੁਸੀਂ ਇੱਥੇ ਰਹਿ ਕੇ ਮਗਰਲੇ ਕਾਰਜ ਕਰਿਓ। ਬਾਬਾ ਨੌਦ ਸਿੰਘ ਜੀ ਕਹਿਣ ਲੱਗੇ ਇੱਦਾਂ ਨਹੀਂ ਹੋ ਸਕਦਾ, ਜੇ ਸ਼ਹੀਦੀ ਦਾ ਟਾਈਮ ਆਇਆ ਤਾਂ ਮੈਂ ਰਹਿਣਾ ਨਹੀਂ ਗਾ, ਮੈਂ ਵੀ ਜੰਗ 'ਤੇ ਜਾਵਾਂਗਾ। ਬਾਬਾ ਨੌਦ ਸਿੰਘ ਵੀ ਨਾਲ ਚੱਲੇ। ਸੁਣੀਏ ਫੌਜਾਂ ਨੇ ਦਮਦਮਾ ਸਾਹਿਬ ਉਚਾਲਾ ਕਿਵੇਂ ਮਾਰਿਆ, ਉਹਨਾਂ ਦੀ ਟੌਹਰ ਕਿੱਦਾਂ ਦੀ ਹੈ, ਉਹਨਾਂ ਦੀ ਤਿਆਰੀ ਕਿੱਦਾਂ ਦੀ ਹੈ। ਸੁਣੀਏ ਫੌਜਾਂ ਦਾ ਕਮਿਸ਼ਨਰ ਜਥਾ ਇਉਂ ਬੇਨਤੀ ਕਰ। ਲੱਗੀ ਤੋਰੀ ਚੋਟ ਨਗਾਰੇ, ਤੁਰੇ ਛੱਡ ਕੇ ਪੰਜ ਚਕਾਰੇ, ਨਾ ਧਰਮ ਦੀਨ ਤੋਂ ਹਾਰੇ, ਆਈ ਭਾਗੀ ਨੂੰ ਦਾ ਪਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਦੀ ਫੌਜ ਅਕਾਲੀ ਕਿਸੇ ਮੋਢੇ ਪਾਈ ਦਨਾਲੀ, ਕਹਿੰਦੇ ਚਿਰ ਤੋਂ ਦੇਗ ਜੰਗਾਲੀ, ਸਿੰਘ ਕਿਲੇ ਕੁਫਰ ਦੇ ਢਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਵੈਰੀ ਕਰਦੇ ਧਰਮ ਤੇ ਧੱਕਾ, ਚੱਲੇ ਪਾਉਣ ਜਬਰ ਨੂੰ ਡੱਕਾ, ਜਿੰਦ ਵਾਰ ਕੇ ਧਰਮ ਬਚਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਆਜ਼ਾਦ ਕਰਾਉਣਾ ਨਹੀਂ ਜਗ ਤੇ ਮੁੜ ਕੇ ਆਉਣਾ, ਹੱਸ ਹੱਸ ਕੇ ਜਿਸਮ ਲਟਾਉਣਾ, ਮੱਚੀ ਜਬਰੀ ਸ਼ਬਾ ਬਜਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਜੁੜ ਕੇ ਨਹੀਂ ਤੱਕਣਾ ਪਿਛਾਣੋ ਮੁੜ ਕੇ, ਸਿੰਘ ਬਚ ਨਹੀਂ ਸਕਦੇ ਥੁੜ ਕੇ, ਸਤਿਗੁਰ ਦੇ ਦਰ ਤੇ ਪਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਨੱਚ ਕੇ ਆਖਣ ਕੋੜੇ, ਫਲ ਦੀਨੀ ਜਾਣਗੇ ਤੋੜੇ, ਦੁਬੇ ਗਾਜੀ ਜਾਣ ਮਰੋੜੇ, ਪਾਪੀ ਦਾ ਨਾਮ ਮਿਟਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਜਿੱਥੇ ਜਿੱਥੇ ਸੁਣ ਪਾਈਆਂ, ਸਿੰਘ ਤੁਰ ਪਏ ਕਰਕੇ ਥਾਈਆਂ, ਹੱਥੀ ਤੇਗਾ ਖੂਨ ਤੇ ਆਈਆਂ, ਹੋਣੀ ਨਾਲ ਹਾਣ ਮਚਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਤੁਰ ਪਏ ਵਤਨ ਬਜਾਰੀ, ਮਰ ਮਿਟਣਾ ਦਿਲ ਵਿੱਚ ਤਾਰੀ, ਜੋ ਸਮੇਂ ਨੇ ਚੋਗ ਖਿਲਾਰੀ, ਮੱਝੀ ਜਬਰੀ ਸ਼ਮਾ ਬਜਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਜੇ ਸਿੰਘਾਂ ਦੇ ਸ਼ੁਕਣ, ਹਨੂ ਚੜ ਪਿਆ ਲੰਕਾ ਫੁਕਣ, ਚੜੇ ਕੰਦੀਆਂ ਕਮਾਨਾ ਹੁੰਕਣ, ਤੀਰਾਂ ਨਾਲ ਲੇਖ ਲਖਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਸਭ ਮਾਲਵਾ ਤੇ ਦੁਆਬਾ, ਸਭ ਮਾਲਵਾ ਤੇ ਦੁਆਬਾ, ਲੈ ਦੁਨੀਆ ਬੁਨੜਾ ਬਾਬਾ, ਕਹਿੰਦੇ ਭਲੇ ਮਜਾ ਲੋ ਸਾਵਾ, ਜੋਗੀ ਨਾਲ ਗੁਰਮੁਖ ਗਾਉਣ ਚੱਲੇ ਸਿੰਘ ਜਾਨ, ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਿੰਘ ਜਾਨ। ਬਾਬਾ ਦੀਪ ਸਿੰਘ ਜੀ ਦੀ ਕਮਾਨ ਥੱਲੇ ਜਿੰਨੇ ਯੋਧੇ ਉੱਥੇ ਸੀ ਸਾਰੇ ਹੀ ਤੁਰ ਪਏ। ਇਹ ਖਾਲਸਾ ਜੀ ਗੁਰੂ ਦੀ ਆਣ ਸ਼ਾਨ ਤੇ ਮਰਨ ਵਾਲੀ ਗੱਲ ਸੀ। ਜਿਨ੍ਹਾਂ ਦੇ ਅੰਦਰ ਗੁਰੂ ਦਾ ਭੈ ਹੀ ਨਹੀਂ ਗਾ, ਜਿਨ੍ਹਾਂ ਨੂੰ ਗੁਰੂ ਪ੍ਰਤੱਖ ਨਹੀਂ ਨਾ ਦਿਖਦਾ, ਉਹ ਗੁਰੂ ਵਾਸਤੇ ਮਰਦੇ ਵੀ ਨਹੀਂ ਗੇ। ਮਰਦੇ ਹੀ ਉਹ ਨੇ ਜਿਨ੍ਹਾਂ ਨੇ ਇਹ ਬਚਨ ਕਮਾਇਆ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਜਿਨ੍ਹਾਂ ਨੇ ਗੁਰੂ ਨੂੰ ਐਵੇਂ ਸਮਰਪਣ ਕੀਤਾ, ਮਰਨ ਦਾ ਚਾਅ ਵੀ ਉਹਨਾਂ ਨੂੰ ਪੈਦਾ ਹੁੰਦਾ।
ਪ੍ਰਧਾਨਗੀ ਤੋਂ ਲੜ ਕੇ ਮਰ ਜਾਣਾ ਵੱਖਰੀ ਗੱਲ ਆ, ਧਰਮ ਲਈ ਮਰਨਾ ਇੱਕ ਵੱਖਰੀ ਗੱਲ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਚਾਲਾ ਮਾਰਿਆ, ਜਦੋਂ ਫੌਜਾਂ ਦਾ ਜਥਾ ਪਿੰਡਾਂ ਦੇ ਵਿੱਚੋਂ ਦੀ ਲੰਘਦਾ ਜਾਵੇ ਫਿਰ ਸੰਗਤ ਪੁੱਛੇ ਵੀ ਐਡਾ ਜਥਾ ਚੱਲਿਆ ਕਿੱਧਰ ਆ, ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਦੱਸਣ ਭਾਈ ਉਹ ਹਰਿਮੰਦਰ ਜਿਹਦੇ ਬਾਰੇ ਬਚਨ ਆ ਡਿੱਠੇ ਸੱਪੇ ਥਾਵ ਨਹੀਂ ਤੁਧ ਜਿਹਾ, ਇੱਕ ਕਲਯੁੱਗ ਦਾ ਸੱਚਖੰਡ ਆ ਜਿਹੜਾ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਬਖਸ਼ਿਆ। ਅੱਜ ਉੱਥੇ ਕੋਈ ਦੁਸ਼ਟ ਆਣ ਕੇ ਬਹਿ ਗਿਆ, ਅੱਜ ਕੋਈ ਉੱਥੇ ਆਣ ਕੇ ਬੇਅਦਬੀ ਕਰਦਾ, ਸਰੋਵਰ ਪੂਰਦਾ, ਉਹਨਾਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਜੋਧੇ ਚੱਲੇ। ਅਤੇ ਖਾਲਸਾ ਜੀ ਜਿਹੜਾ ਸੁਣੇ ਉਹ ਹੀ ਨਾਲ ਤੁਰ ਪਏ। ਜਿੰਨੀ ਫੌਜ ਦਮਦਮੇ ਸਾਹਿਬ ਤੁਰੀ ਹੈ ਉਨੀ ਪੂਰੀ ਨਹੀਂ ਸੀ, ਰਾਹ ਵਿੱਚ ਜਿਹਨੇ ਸੁਣਿਆ ਉਹ ਹੀ ਨਾਲ ਤੁਰ ਪਿਆ। ਕਿਸੇ ਗੰਡਾਸਾ ਚੁੱਕ ਲਿਆ, ਕਿਸੇ ਕੁਹਾੜੀ ਬਰਛਾ ਜੋ ਹੱਥ ਆਇਆ ਲੈ ਕੇ ਚਾਲੇ ਮਾਰਤੇ। ਉਹ ਸਾਰੀ ਫੌਜ ਨਿਹੰਗ ਸਿੰਘ ਨਹੀਂ, ਕੁਝ ਆਪ ਜੀ ਵਰਗੇ ਸਹਿਜਧਾਰੀ ਵੀ ਸਨ, ਜਿਹਨੇ ਸੁਣਿਆ ਉਹ ਹੀ ਨਾਲ ਤੁਰ ਪਿਆ। ਮੰਜ਼ਲਾ ਮਾਰਦੇ ਮਾਰਦੇ ਤਰਨ ਤਾਰਨ ਸਾਹਿਬ ਆ ਗਏ। ਤਰਨ ਤਾਰਨ ਸਾਹਿਬ ਆਉਂਦਿਆਂ ਤੱਕ ਨੂੰ ਫੌਜਾਂ ਦੀ ਸਿੰਘਾਂ ਦੀ ਗਿਣਤੀ ਬੇਅੰਤ ਹੋ ਗਈ। ਸਿੰਘਾਂ ਨੇ ਰਾਤ ਉੱਥੇ ਕੱਟੀ, ਅੰਮ੍ਰਿਤ ਵੇਲਾ ਹੋਇਆ, ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਨੇ ਦਸਤਾਰਾ ਸਜਾਇਆ। ਬਾਬਾ ਜੀ ਦੇ ਦੁਮਾਲੇ ਦੇ 35 ਚੱਕਰ ਹਨ ਜਿਹੜੇ ਦੁਮਾਲੇ ਉੱਤੇ ਸੱਜਦੇ ਆ, ਅਤੇ ਉੱਚਾ ਫਰਰਾ ਝੁੱਲਦਾ, ਬਾਬਾ ਜੀ ਦਾ ਚਮਕਦਾ ਮੱਥਾ, ਭਖਦੀਆਂ ਗੱਲਾਂ, ਚਿੱਟਾ ਦਾੜਾ, ਮਸਤ ਨੇਤਰ, ਗਜ ਚੌੜਾ ਸੀਨਾ, ਬੁਰਜ ਵਰਗਾ ਸਰੀਰ। ਬਾਬਾ ਜੀ ਦੇ ਗਾਤਰੇ ਵਿੱਚ ਸ੍ਰੀ ਸਾਹਿਬ ਖੰਡਾ ਅਤੇ ਕਮਰ ਕਸੇ ਵਿੱਚ ਕਟਾਰ, ਪਸਤੌਲ, ਖੰਜਰ, ਬਿਸ਼ੂਆ, ਬੁਗਦਾ, ਸਭਾ ਜੰਗ ਅਤੇ ਭੇਰੀ, ਇਹ ਬਾਬਾ ਜੀ ਦੇ ਕਮਰ ਕਸੇ 'ਚ ਲੱਗਣ ਵਾਲੇ ਸ਼ਸਤਰ ਸੀ। ਬਾਬਾ ਜੀ ਆ ਸਜੇ ਹੋਏ ਸੀ, ਉਮਰ ਵੱਡੀ ਆ, ਸਰੀਰ ਬਿਰਧ, ਪਰ ਬਾਬਾ ਜੀ ਦਾ ਟੌਰ ਲਾੜੇ ਨਾਲੋਂ ਘੱਟ ਨਹੀਂ ਸੀ, ਅਤੇ ਇੱਦਾਂ ਹੀ ਸਾਰੇ ਸਿੰਘ ਸਜੇ ਹੋਏ। ਜਦੋਂ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋਏ, ਨਿਤਨੇਮ ਸੰਪੂਰਨ ਕੀਤਾ, ਦੇਗਾਂ ਸਜਾਈਆਂ, ਅਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਦੇਗ ਧਰ ਕੇ ਆਖਿਆ, ਹੇ ਸੱਚੇ ਪਾਤਸ਼ਾਹ, ਇਹ ਵੀ ਦਰ ਤੁਹਾਡਾ ਹੀ ਆ ਅਤੇ ਉਹ ਵੀ ਦਰ ਤੁਹਾਡਾ। ਮਹਾਰਾਜ ਉੱਥੇ ਦੁਸ਼ਟ ਆਣ ਕੇ ਬੇਅਦਬੀ ਕਰਦੇ ਆ, ਸਰੋਵਰ ਪੂਰਿਆ ਗਿਆ, ਆ ਸਰੀਰ 18 ਸਾਲ ਦੀ ਉਮਰ 'ਚ ਤੁਹਾਡੇ ਚਰਨਾਂ 'ਚ ਭੇਟ ਹੋਇਆ ਸੀ। ਮਹਾਰਾਜ ਅਖੀਰਲੇ ਸਵਾਸਾਂ ਤੱਕ ਪੰਥ ਦੇ ਚਰਨਾਂ ਵਿੱਚ ਰਵੇ, ਇਹ ਤੁਹਾਡੇ ਚਰਨਾਂ 'ਚ ਅਰਦਾਸਾ ਆ। ਮਹਾਰਾਜ ਕਿਰਪਾ ਕਰਿਓ, ਸਤਿਗੁਰੂ ਜੀ ਤੇਰੇ ਦਰ ਉੱਤੇ ਕੋਈ ਪੈਸੇ ਲੈ ਕੇ ਆਉਂਦਾ, ਕੋਈ ਸੋਨਾ ਚਾਂਦੀ ਲੈ ਆਉਂਦਾ, ਕੋਈ ਜੋ ਕਿਸੇ ਕੋਲ ਸਰਦਾ ਬਣਦਾ ਲਿਆਉਂਦਾ, ਪਰ ਮਹਾਰਾਜ ਮੇਰਾ ਜੀਂਦਿਆਂ ਵੀ ਸਿਰ ਤੇਰਾ ਹੀ ਸੀ ਅਤੇ ਇਹ ਮਰਨ ਤੋਂ ਬਾਅਦ ਵੀ ਸਿਰ ਤੇਰਾ ਹੀ ਹੈ। ਮੈਂ ਜਿੰਨਾ ਚਿਰ ਦੁਸ਼ਟਾਂ ਦਾ ਨਾਸ ਨਾ ਕਰਾਂ ਅਤੇ ਜਿੰਨਾ ਚਿਰ ਸੀਸ ਤੁਹਾਡੇ ਚਰਨਾਂ 'ਚ ਭੇਟ ਨਾ ਕਰਾਂ, ਉਹਨਾਂ ਚਿਰ ਮੈਂ ਮਰਾਂ ਹੀ ਨਾ, ਮੇਰਾ ਬਚਨ ਪੂਰਾ ਹੋਵੇ। ਬਾਬਾ ਜੀ ਦੇ ਮੁੱਖੋਂ ਇੰਨੀ ਗੱਲ ਕਹਿਣ ਦੀ ਦੇਰ ਸੀ, ਹੋਣੀ ਖਿੜ ਖੜਾ ਕੇ ਹੱਸ ਪਈ। ਕਈ ਮੈਨੂੰ ਕਹਿੰਦੇ ਹੁੰਦੇ ਆ ਵੀ ਹੋਣੀ ਹੁੰਦੀ ਆ, ਅਤੇ ਮੈਂ ਕਿਹਾ ਵੀ ਜਿਹਨੂੰ ਕੰਧ ਤੋਂ ਪਰੇ ਕੀ ਹੋ ਰਿਹਾ ਇਹ ਹੀ ਨਹੀਂ ਦਿਖਣ ਡਿਆ, ਉਹ ਹੋਣੀ ਕਿੱਥੇ ਵੇਖ ਲਏਗਾ, ਜਿਹਨੂੰ ਇਹ ਹੀ ਨਹੀਂ ਪਤਾ ਵੀ ਇੱਧਰ ਕੀ ਆ ਅਤੇ ਉੱਧਰ ਕੀ ਆ, ਜਿਹੜਾ ਆਪਣੇ ਕੋਲੋਂ ਹੀ। ਕਈ ਤਾਂ ਮੈਂ ਹੁਣ ਵੇਖੇ ਆ, ਕਹਿੰਦੇ ਮੇਰੇ 'ਚ ਬਾਬਾ ਦੀਪ ਸਿੰਘ ਆ ਜਾਂਦਾ, ਅਤੇ ਮੈਂ ਕਹਿੰਦਾ ਜਿੱਦਣ ਉਹ ਆ ਗਿਆ ਉੱਦਣ ਆਪ ਲੁਕਦੇ ਨੂੰ ਥਾਂ ਨਹੀਂ ਲੱਭਣਾ। ਬਾਬਾ ਦੀਪ ਸਿੰਘ ਕੋਈ ਮਜ਼ਾਕ ਆ ਵੀ ਬਾਬਾ ਦੀਪ ਸਿੰਘ ਇੱਦਾਂ ਜਿਹਦੇ ਮਰਜ਼ੀ ਸਰੀਰ 'ਚ ਆ ਜਾਣ, ਉਹਨਾਂ ਦਾ ਪ੍ਰਤਾਪ ਹੀ ਇੰਨਾ ਆ, ਮਾੜਾ ਮੋਟਾ ਬੰਦਾ ਝੱਲ ਹੀ ਨਹੀਂ ਸਕਦਾ। ਖਾਲਸਾ ਜੀ ਭੂਤ ਪ੍ਰੇਤ ਤੇ ਸਰੀਰਾਂ 'ਚ ਵੜ ਜਾਂਦੇ ਆ, ਸ਼ਹੀਦ ਇੱਦਾਂ ਨਹੀਂ ਵਰਤਦੇ, ਉਹ ਸਿੰਘਾਂ 'ਚ ਵਰਤਦੇ ਆ, ਉਹ ਪੰਥ 'ਚ ਵਿਚਰਦੇ ਆ, ਉਹ ਗੁਰੂ ਕੀ ਸੰਗਤ 'ਚ ਵਰਤਦੇ ਆ।
ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੋਣੀ ਕਹਿਣ ਲੱਗੀ, ਕਹਿੰਦੀ ਸਿੰਘਾ ਮਰਦ ਤੇਰੇ ਤੋਂ ਪਹਿਲਾਂ ਵੀ ਬੜੇ ਹੋਏ, ਬੜੀਆਂ ਮਰਦਾਂ ਨੇ ਬੜੇ ਪ੍ਰਾਣ ਕੀਤੇ ਆ। ਇੱਕ ਦੁਆਪਰ ਯੁੱਗ 'ਚ ਮਰਦ ਹੋਇਆ ਜਿਹਦਾ ਨਾਂ ਸੀ ਅਰਜਨ, ਉਹਨੇ ਪ੍ਰਣ ਕੀਤਾ ਵੀ ਮੇਰੇ ਪੁੱਤਰ ਅਭਿਮਨਿਊ ਦਾ ਕਾਤਲ ਜੈਦਰਾਥ, ਜਿੰਨਾ ਚਿਰ ਮੈਂ ਉਹਨੂੰ ਮਾਰਨਾ ਨਾ ਦਿੱਤਾ, ਜੇ ਕੱਲ੍ਹ ਦਾ ਸੂਰਜ ਛਿਪਣ ਤੋਂ ਪਹਿਲਾਂ ਮੈਂ ਜੈਦਰਾਥ ਨਾ ਮਾਰਿਆ ਤਾਂ ਆਪ ਸੜ ਕੇ ਮਰ ਜਾਂਗਾ। ਸਿੰਘਾ ਉਹਨੇ ਇਹ ਗੱਲ ਨਹੀਂ ਕਹੀ ਵੀ ਜੇ ਮੈਂ ਮਾਰਾਂ ਹੀ ਨਾ ਤਾਂ ਮਰਾਂ ਹੀ ਨਾ। ਉਹਨੇ ਆਖਿਆ ਸਿੰਘਾ ਮੈਨੂੰ ਲੋਕ ਹੋਣੀ ਕਹਿੰਦੇ ਆ, ਮੈਂ ਉਹ ਸਾਰੇ ਹੀ ਖਾ ਗਈ ਜਿਹੜੇ ਆਪਣੇ ਆਪ ਨੂੰ ਸੂਰਮਿਆਂ ਦਾ ਦਾਵਾ ਕਰਦੇ ਸੀ। ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਕਹਿਣ ਲੱਗੇ, ਹੋਣੀਏ ਬਚਨ ਸਿੰਘ ਦੇ ਹੋਣੀਏ ਪੂਰੇ ਤੇ ਪੱਕੇ, ਅਸੀਂ ਫੜ ਫੜ ਜੰਮ ਨਗਾ ਦਈਏ ਸੂਈਆਂ ਦੇ ਨੱਕੇ, ਅਸੀਂ ਖੰਡੇ 18 ਸੇਰ ਦੇ ਐਵੇਂ ਨਹੀਂ ਚੱਕੇ, ਹਰਿਮੰਦਰ ਦੇ ਵੱਲ ਜਾਂਦਿਆਂ ਸਾਨੂੰ ਕਿਹੜਾ ਡੱਕੇ। ਖਾਲਸਾ ਜੀ ਬਾਬਾ ਜੀ ਦਾ ਐਡਾ ਬਚਨ ਬਲੀ ਸੀ, ਸਿੰਘਾਂ ਨੂੰ ਸੁਣਦਿਆਂ ਜੋਸ਼ ਆ ਗਿਆ। ਸਿੰਘਾਂ ਨੇ ਅਕਾਲ ਅਕਾਲ ਦੇ ਜਕਾਰੇ ਗਜਾਏ, ਧੌਂਸਿਆਂ 'ਤੇ ਚੋਟਾਂ ਵੱਜੀਆਂ, ਤਰਨ ਤਾਰਨ ਸਾਹਿਬ ਤੋਂ ਜੇ ਨਿਕਲੇ ਸਨ ਅੱਗੇ ਗੋਲਵੜ ਦਾ ਮੈਦਾਨ ਆ ਗਿਆ। ਬਾਬਾ ਜੀ ਨੇ ਘੋੜਿਓਂ ਥੱਲੇ ਉੱਤਰ ਕੇ ਆਪਣੇ ਖੰਡੇ ਨਾਲ ਇੱਕ ਲੀਕ ਖਿੱਚੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਲੀਕ ਨਿਰੀ ਲੀਕ ਨਹੀਂ ਸੀ, ਉਹ ਲੀਕ ਇੱਕ ਪਰਖ ਸੀ, ਇੱਕ ਕਿਸਵੱਟੀ ਸੀ, ਇੱਕ ਸੌਦਾ ਸੀ। ਉਹ ਕਿਸਵੱਟੀ ਸੀ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਜੰਗ 'ਚ ਜਾ ਕੇ ਆਪਾਂ ਸਮਰਪਣ ਕਰਨਾ ਸੀ। ਬਾਬਾ ਜੀ ਕਹਿਣ ਲੱਗੇ ਲੀਕ ਉਹ ਟੱਪੇ ਜਿਹਨੂੰ ਘਰ ਦੀ ਚੇਤੇ ਨਹੀਂ ਆਉਂਦੀ, ਜਿਹਨੂੰ ਨਿਆਣੇ ਚੇਤੇ ਨਹੀਂ ਆਉਂਦੇ, ਜਿਹਨੂੰ ਮਗਰਲਾ ਟੱਬਰ ਨਹੀਂ ਦਿਖਦਾ, ਜਿਹਨੂੰ ਗੁਰੂ ਦੀ ਗੋਦ ਦਿਖਦੀ ਹੈ। ਇਹ ਲੀਕ ਤੋਂ ਪਰੇ ਪਰੇ ਜ਼ਿੰਦਗੀ ਆ, ਪਰੇ ਪਰੇ ਸੁੱਖ ਆ, ਇਹ ਲੀਕ ਤੋਂ ਇੱਧਰਲੇ ਬੰਨੇ ਮੌਤ ਆ। ਪਰ ਇਹ ਮੌਤ ਇਹਦਾ ਰਸਤਾ ਸਿੱਧਾ ਸੱਚਖੰਡ ਦਾ ਹੈ, ਜਿਹੜਾ ਇੱਧਰ ਸ਼ਹੀਦ ਹੋਇਆ ਸਿੱਧਾ ਹੀ ਸੱਚਖੰਡ। ਸ਼ਹੀਦੀ ਦਾ ਐਡਾ ਵੱਡਾ ਮਰਾਤਬਾ ਹੈ। ਬਾਬਾ ਜੀ ਨੇ ਆਖਿਆ ਉਹ ਟੱਪੇ ਜਿਹਨੂੰ ਗੁਰੂ ਦੀ ਮਰਿਆਦਾ ਦਿਖਦੀ ਆ, ਇਹ ਲੀਕ ਉਹ ਟੱਪੇ ਜਿਹਨੇ ਗੁਰੂ ਤੋਂ ਤਨ ਮਨ ਕਾਟ ਕਾਟ ਸਭ ਅਰਪੀ ਪੜ੍ਹਿਆ, ਉਹ ਹੀ ਲੰਘੇ। ਪਰ ਬਾਬਾ ਜੀ ਦੇ ਐਡੇ ਯੋਧੇ ਜਰਨੈਲ ਸੀ, ਉਹ ਸਾਰਿਆਂ ਲੀਕ ਟੱਪੀ ਆ। ਬਾਬਾ ਜੀ ਨੇ ਅਕਾਲ ਅਕਾਲ ਦੇ ਜਕਾਰੇ ਗਜਾਏ, ਇੱਧਰੋਂ ਤੁਰਕਾਂ ਨੂੰ ਪਤਾ ਸੀ ਵੀ ਖਾਲਸਾ ਭਾਰੀ ਗਿਣਤੀ 'ਚ ਆ ਰਿਹਾ, ਉਹ ਅੰਮ੍ਰਿਤਸਰ ਵੱਲੋਂ ਅੱਗੋਂ ਚੱਲੇ। ਇੱਧਰਲੇ ਬੱਲੇ ਯੋਧੇ ਜਵਾਨ ਬਖਸ਼ੀ ਜਹਾਨ ਖਾਨ, ਮੀਰ ਜਾਨ ਖਾਨ, ਜ਼ਬਰਦਸਤ ਖਾਨ, ਯਾਕੂਬ ਖਾਨ, ਰੁਸਤਮ ਖਾਨ, ਇਹਨਾਂ ਸਾਰਿਆਂ ਦਾ ਵੱਡਾ ਤੈਮੂਰ ਅਤੇ 40,000 ਬੰਦਾ ਅਤੇ ਤੋਪਾਂ ਲੈ ਕੇ ਬਾਬਾ ਜੀ ਦਾ ਰਾਹ ਡੱਕ ਕੇ ਖਲੋਤੇ ਸੀ ਵੀ ਇਹ ਹਰਿਮੰਦਰ ਨਹੀਂ ਜਾਣ ਦੇਣੇ, ਪਹਿਲਾਂ ਹੀ ਮਾਰ ਦੇਣੇ ਆ। ਅਤੇ ਇੱਧਰਲੇ ਬੰਨੇ ਉਹ ਗੁਰੂ ਕੇ ਯੋਧੇ ਬਾਬਾ ਰਾਮ ਸਿੰਘ, ਬਾਬਾ ਨੱਥਾ ਸਿੰਘ, ਬਾਬਾ ਦਿਆਲ ਸਿੰਘ, ਨਿਹੰਗ ਸਿੰਘ ਮਹਾਂਕਾਲ, ਬਾਬਾ ਅੱਗੜ ਸਿੰਘ, ਬਾਬਾ ਨੌਦ ਸਿੰਘ, ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ, ਬਾਬਾ ਬਲਵੰਤ ਸਿੰਘ। ਸੁਣੀਏ ਜਦੋਂ ਫਿਰ ਸੂਰਮੇ ਆਹਮੋ ਸਾਹਮਣੇ ਦਿਖੇ, ਜੰਗ ਨੂੰ ਵੇਖ ਕੇ ਲੂਰੀਆਂ ਉੱਠੀਆਂ, ਧੌਂਸਿਆਂ 'ਤੇ ਚੋਟਾਂ ਵੱਜੀਆਂ, ਅਕਾਲ ਅਕਾਲ ਦੇ ਜਕਾਰੇ ਗੂੰਜਾਉਂਦਿਆਂ ਹੋਇਆਂ, ਸਿੰਘਾਂ ਨੇ ਕਹਿਰੀ ਲਾ ਕਿਵੇਂ ਕੀਤਾ, ਸੁਣੀਏ ਇਹ ਬੇਨਤੀ ਕੀਤੀ ਜਾਂਦੀ। ਲੱਗੀ ਚੋਟ ਨਗਾਰਿਆਂ ਤੇ ਹਣਕੇ ਕੋੜੇ, ਅਣਖੀ ਵੀਰ ਬਹਾਦਰਾਂ ਮੂਰਨ ਨੂੰ ਮੋੜੇ, ਹੋਏ ਦਰਬਾਰੀ ਗੱਜਦੇ ਲਾਹੂ ਪੜਦੇ, ਕਲਗੀ ਧਰਦੇ ਸੂਰਮੇ ਵੱਧ ਵੱਧ ਕੇ ਲੜਦੇ। ਲੱਗੀ ਚੋਟ ਨਗਾਰਿਆਂ ਤੇ ਹਣਕੇ ਕੋੜੇ, ਅਣਖੀ ਵੀਰ ਬਹਾਦਰਾਂ ਮੂਰਨ ਨੂੰ ਮੋੜੇ, ਗੱਜਦੇ ਲਾਹੂ ਪੜਦੇ
ਧਰਦਾ ਜੋਧਿਆਂ ਸਭ ਧਰਤ ਲਟਾਏ ਓ ਪਰਮੀ ਤੋਂ ਜਿੰਦ ਵਾਰ ਕੇ ਕਈ ਕਿਸਮ ਦਾ ਕੱਢਦੇ ਕਲਗੀ ਧਰਦੇ ਸੂਰਮੇ ਵੱਧ ਵੱਧ ਕੇ ਲੜਦੇ ਨੌਦ ਸਿੰਘ ਵੱਧ ਚਲੋ ਜਵਾਨੋ ਦਲ ਜਹਨਮ ਵੈਰੀਆਂ ਦਾ ਕੱਲੋ ਜਵਾਨੋ ਸਾਰੇ ਪਤੰਗਾ ਸ਼ਮਾ ਤੇ ਕਦੇ ਭੂੰਡ ਨਹੀਂ ਸੜਦੇ ਕਲਗੀ ਧਰਦੇ ਸੂਰਮੇ ਵੱਧ ਵੱਧ ਕੇ ਲੜਦੇ ਜੰਗ ਮੱਚ ਪਿਆ ਇੱਕ ਬੰਨੇ ਐਲੀ ਆਲੀ ਦੇ ਨਾਰੇ ਸੀ ਦੂਜੇ ਬੰਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜਦੇ ਫਿਰ ਲੱਗੀਆਂ ਲੋਥਾਂ ਡਿੱਗਣ ਧੜਾਂ ਤੋਂ ਲੱਗੇ ਸਿਰ ਉੱਡਣ ਕਿਸੇ ਦੀ ਬਾਂਹ ਵੱਢੀ ਗਈ ਕਿਸੇ ਦੀ ਲੱਤ ਵੱਢੀ ਗਈ ਜਿੱਦਾਂ ਦੀਆਂ ਜੰਗਾਂ ਇਤਿਹਾਸ ਦੱਸਦਾ ਆ ਇਹੋ ਜਿਹੀਆਂ ਜੰਗਾਂ ਹੁਣ ਨਹੀਂ ਹੁੰਦੀਆਂ ਅਤੇ ਨਾ ਹੀ ਵੇਖੀਆਂ ਹੁਣ ਤਾਂ ਗੋਲੀ ਮਾਰ ਕੇ ਦੂਰੋਂ ਹੀ ਬੰਦਾ ਮਾਰ ਦਿੱਤਾ ਜਾਂਦਾ ਗੋਲੀ ਵੀ ਛੱਡੋ ਹੁਣ ਤਾਂ ਇਹੋ ਜਿਹੇ ਅਸਲਾ ਤਿਆਰ ਕਰ ਲਿਆ ਵੀ ਇੱਥੇ ਬੈਠਾ ਬੰਦਾ ਜਿਹੜਾ ਮਰਜ਼ੀ ਦੇਸ਼ ਫੂਕ ਦੇ ਇੰਨਾ ਅਸਲਾ ਤਿਆਰ ਹੋ ਗਿਆ ਫੌਜ ਕੋ ਪਰ ਇਹ ਜਿਹੜੀਆਂ ਜੰਗਾਂ ਨੇ ਇਹ ਆਹਮੋ ਸਾਹਮਣੇ ਕਿਰਪਾਨ ਢਾਲ ਦੀ ਬਰਛੇ ਦੀ ਜੰਗ ਗੋਲੀ ਬੰਦੂਕ ਤੋਪਾਂ ਦੀ ਜੰਗ ਇਹ ਇੱਦਾਂ ਦੀ ਜੰਗ ਆ ਲੋਥਾਂ ਦੇ ਲੱਗੇ ਢੇਰ ਲੱਗਣ ਇੱਕ ਬੰਨੇ ਫੌਜ ਲੜਦੀ ਆ ਦੂਜੇ ਬੰਨੇ ਮੀਰ ਜਾਨ ਖਾਨ ਹਾਥੀ ਛੇੜ ਕੇ ਜੰਗ ਦੇ ਮੈਦਾਨ 'ਚ ਨਿੱਤਰ ਪਿਆ ਇਹ ਵਾਧਾ ਆਉਂਦਾ ਖਾਲਸੇ ਵੱਲ ਅਗਲੇ ਬੰਨੇ ਬਾਬਾ ਦਿਆਲ ਸਿੰਘ ਨਿਹੰਗ ਸਿੰਘ ਜੀ ਨੇ ਵੇਖਿਆ ਇਹ ਮਹਾਂਕਾਲ ਸਨ ਫਰਲੇ ਵਾਲੇ ਬਾਬਾ ਜੀ ਨੇ ਵੇਖਿਆ ਇੱਕ ਹਾਥੀ 'ਤੇ ਸੂਰਮਾ ਚੜ੍ਹਿਆ ਆਉਂਦਾ ਤੀਰ ਮਾਰਦਾ ਬੜੀ ਬੜੀ ਜ਼ੋਰ ਨਾਲ ਬਾਬਾ ਜੀ ਨੇ ਆਖਿਆ ਓਏ ਸੂਰਮਿਆਂ ਆ ਮਾੜੇ ਮੋਟੇ ਜਵਾਨਾਂ ਨੂੰ ਮਾਰ ਕੇ ਕਿਤੇ ਸੂਰਮੇ ਬਣੀਦਾ ਜੇ ਤੂੰ ਵਾਕਈ ਮਰਦ ਦਾ ਬੱਚਾ ਤਾਂ ਸੂਰਮਿਆਂ ਨਾਲ ਲੜ ਸਰਦਾਰ ਸਰਦਾਰਾਂ ਨਾਲ ਲੜਦੇ ਹੁੰਦੇ ਆ ਬਾਕੀ ਫੌਜ ਫੌਜ ਨਾਲ ਲੜਦੀ ਆ ਬਾਬੇ ਦਿਆਲ ਸਿੰਘ ਨਿਹੰਗ ਸਿੰਘ ਦੀ ਗੱਲ ਸੁਣ ਕੇ ਮੀਰ ਜਾਨ ਖਾਨ ਨੇ ਆਖਿਆ ਫਿਰ ਬਾਬਾ ਸਾਵਧਾਨ ਉਹਨੇ ਤੀਰ ਮਾਰਿਆ ਬਾਬਾ ਜੀ ਬਾਬਾ ਦਿਆਲ ਸਿੰਘ ਸਾਹਿਬ ਨੇ ਡੱਕ ਲਿਆ ਬਚ ਗਏ ਬਾਬਾ ਜੀ ਕਹਿਣ ਲੱਗੇ ਉਹ ਜਵਾਨਾਂ ਮਨ 'ਚ ਤੇਰੇ ਹੰਕਾਰ ਹੀ ਨਾ ਰਹਿ ਜੇ ਵੀ ਮੈਂ ਦੂਜੇ ਵਾਰ 'ਚ ਬਾਬਾ ਮਾਰ ਦੇਣਾ ਸੀ ਦੂਜਾ ਵੀ ਵਾਰ ਕਰ ਲਾ ਉਹਨੇ ਦੂਜਾ ਵੀ ਕੀਤਾ ਬਾਬਾ ਜੀ ਨੇ ਉਹ ਵੀ ਝੱਲ ਡੱਕਿਆ ਫਿਰ ਜਦੋਂ ਉਹਨੇ ਤੀਜਾ ਵਾਰ ਕੀਤਾ ਬਾਬਾ ਜੀ ਆਪਣੀ ਆਈ 'ਤੇ ਆਏ ਬਾਬਾ ਜੀ ਨੇ ਪੂਰੇ ਬਲ ਦੇ ਨਾਲ ਤੀਰ ਮਾਰਿਆ ਇਹਦੀ ਛਾਤੀ ਪਾੜ ਕੇ ਲੰਘਿਆ ਹਾਥੀ 'ਤੇ ਉਹਨੂੰ ਮਾਰ ਦਿੱਤਾ ਗਿਆ ਬਾਬਾ ਜੀ ਬਾਬਾ ਦਿਆਲ ਸਿੰਘ ਸਾਹਿਬ ਦੇ ਹੱਥੋਂ ਮੀਰ ਜਾਨ ਖਾਨ ਮਾਰਿਆ ਗਿਆ ਇਹਨੂੰ ਮਰਦਿਆਂ ਵੇਖ ਇਹਦੇ ਨਾਲ ਦਾ ਜਵਾਨ ਸੀ ਜ਼ਬਰਦਸਤ ਖਾਨ ਨਾਂ ਹੀ ਬੜਾ ਚੰਗਾ ਹੁਣ ਤਾਂ ਨਿਆਣਿਆਂ ਦੇ ਨਾਂ ਰੈਂਪੀ ਸ਼ੈਂਪੀ ਕਾਕਾ ਟਿੰਕੂ ਮਿੰਕੂ ਨਾਂ ਦਾ ਜਲੂਸ ਕੱਢ ਕੇ ਧਰ ਦੇਈਦਾ ਵੀ ਬੰਦੇ ਦੇ ਨਾਂ ਤੋਂ ਪਤਾ ਲੱਗਦਾ ਨਾ ਇਤਿਹਾਸ 'ਚ ਇੱਕ ਗੱਲ ਆਉਂਦੀ ਆ ਭਈ ਅਬਦਾਲੀ ਦਾ ਪੋਤਰਾ ਸ਼ਾਹ ਜਮਾਲ ਲਾਹੌਰ ਦੇ ਸੰਮਣ ਬੁਰਜ 'ਚ ਬੈਠਾ ਸੀ ਅਤੇ ਕਹਿੰਦਾ ਸੀ ਵੀ ਮੈਂ ਸਿੱਖ ਮਾਰ ਦੇਣੇ ਆ ਅਤੇ ਇੱਧਰੋਂ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਦਾ ਪੋਤਰਾ ਮਹਾਰਾਜਾ ਰਣਜੀਤ ਸਿੰਘ ਇਹਨੂੰ ਪਤਾ ਲੱਗਾ ਵੀ ਅਬਦਾਲੀ ਦਾ ਪੋਤਰਾ ਆਇਆ ਮਹਾਰਾਜੇ ਦੀ ਉਮਰ ਸੀ 16 ਸਾਲ ਉਹ ਸੰਮਣ ਬੁਰਜ ਜਾ ਕੇ ਆਉਂਦਾ ਓਏ ਅਬਦਾਲੀ ਦਾ ਪੋਤਰਿਆ ਬਾਹਰ ਨਿਕਲ ਤੈਨੂੰ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਦਾ ਪੋਤਰਾ ਵੰਗਾਰਦਾ ਆ ਇਹ ਆ ਨਾਵਾਂ ਦੀ ਬਹਾਦਰੀ ਨਾ ਸੁਣ ਕੇ ਬੰਦਾ ਮਰ ਜਾਣਾ ਚਾਹੀਦਾ ਪਰ ਹੁਣ ਦੇ ਨਾਵਾਂ ਦਾ ਜਲੂਸ ਕੱਢ ਲਈਦਾ ਬਾਬਾ ਜੀ ਬਾਬੇ ਦਿਆਲ ਸਿੰਘ ਹੱਥੋਂ ਮੀਰ ਜਾਨ ਖਾਨ ਮਾਰਿਆ ਗਿਆ ਇਹਨੂੰ ਮਰਦਿਆਂ ਵੇਖ ਜ਼ਬਰਦਸਤ ਖਾਂ ਆ ਇਹ ਮਾਰਨਾ ਚਾਹੁੰਦਾ ਸੀ ਬਾਬੇ ਦਿਆਲ ਸਿੰਘ ਨੂੰ ਪਰ ਬਾਬੇ ਦਿਆਲ ਸਿੰਘ ਤੋਂ ਪਹਿਲਾਂ ਹੀ ਇਹਨੂੰ ਇੱਕ ਸਿੰਘ ਨੇ ਵੰਗਾਰ ਲਿਆ ਉਹਦਾ ਨਾਂ ਹੈ ਭਾਈ ਬਲਵੰਤ ਸਿੰਘ
ਕਿੱਡਾ ਯੋਧਾ ਨਾ, ਬਲ ਵਾਲਾ ਯੋਧਾ, ਬਲਵੰਤ ਸਿੰਘ। ਬਾਬੇ ਬਲਵੰਤ ਸੋਹਣੇ ਆਖਾ ਵਾ ਜਵਾਨ, ਨਾ ਤੇਰਾ ਵੀ ਬੜਾ ਵਧੀਆ ਜ਼ਬਰਦਸਤ ਖਾਂ, ਨਾ ਮੇਰਾ ਵੀ ਬੜਾ ਵਧੀਆ ਬਲਵੰਤ ਸਿੰਘ। ਨਾਵਾਂ ਨੂੰ ਨਾ ਅਤੇ ਹਾਣੀਆਂ ਨੂੰ ਹਾਣ ਪਿਆਰੇ ਹੁੰਦੇ ਆ। ਜੇ ਤੂੰ ਵਾਕਈ ਕਿਸੇ ਸੂਰਮੇ ਮਰਦ ਬੱਚੇ ਦਾ ਜੰਮਿਆ ਹੋਇਆ, ਜੇ ਮਰਦ ਮਾਂ ਦਾ ਪੋਤੀਆਂ, ਤਾਂ ਫਿਰ ਜਿਹੜਾ ਮੇਰੇ ਨਾਲ ਹੱਥ ਕਰ। ਜ਼ਬਰਦਸਤ ਖਾਂ ਨੂੰ ਚੜ੍ਹ ਗੁੱਸਾ ਗਿਆ। ਉਹ ਆਇਆ ਬਾਬੇ ਬਲਵੰਤ ਸਿੰਘ ਦੇ ਸਾਹਮਣੇ। ਬਾਬਾ ਜੀ ਕਹਿਣ ਲੱਗੇ, ਮੈਂ ਵਾਰ ਫੇਰ ਕਰਾਂਗਾ, ਪਹਿਲਾਂ ਤੂੰ ਕਰਕੇ ਵਿਖਾ। ਉਹਨੇ ਫਿਰ ਵਾਰ ਕੀਤਾ। ਬਾਬਾ ਜੀ ਕਹਿਣ ਲੱਗੇ, ਉਹ ਜ਼ਬਰਦਸਤ ਖਾਂ, ਕਿਤੇ ਮਨ 'ਚ ਹੰਕਾਰ ਹੀ ਨਾ ਰਹੇ ਵੀ ਮੈਂ ਬਾਬੇ ਨੂੰ ਮਾਰ ਲੈਣਾ ਸੀ। ਜਾ, ਤੈਨੂੰ ਹੋਰ ਟਾਈਮ ਦਿੱਤਾ, ਫਿਰ ਵਾਰ ਕਰਕੇ ਵੇਖ। ਬਾਬਾ ਜੀ ਨੇ ਮਰਦਾਂ ਵਾਂਗ ਵੰਗਾਰ ਕੇ ਉਹਨੂੰ ਪਹਿਲ ਦੇ ਕੇ ਕੀ ਆਖਿਆ, ਫੌਜਾਂ ਦਾ ਕਮਿਸ਼ਨਰ ਜਥਾ, ਇਉਂ ਬੇਨਤੀ ਕਰ, ਤੂੰ ਜ਼ਬਰਦਸਤ ਖਾਏ, ਮੈਨੂੰ ਬਲਵੰਤ ਸਿੰਘ ਕਹਿੰਦੇ, ਉਹ ਮਰਦ ਸਦਾਉਂਦੇ ਨਹੀਂ, ਖਾਨਾ ਜੋ ਬਦਲਾ ਨਹੀਂ ਲੈਂਦੇ। ਓਏ ਅੱਜ ਨੱਥ ਪਾ ਦਿਆਂਗਾ, ਲਗੜਾ ਚੜਦਾ ਰਿਹਾ ਏ ਸਾਨਾ, ਕਰ ਪਹਿਲਾ ਵਾਰ ਤੂੰ ਹੀ, ਮਨ ਵਿੱਚ ਮਾਣ ਰਵੇ ਨਾ ਖਾਨਾ। ਤੂੰ ਜ਼ਬਰਦਸਤ ਖਾਏ, ਮੈਨੂੰ ਬਲਵੰਤ ਸਿੰਘ ਕਹਿੰਦੇ, ਉਹ ਮਰਦ ਸਦਾਉਂਦੇ ਨਹੀਂ, ਖਾਨਾ ਜੋ ਬਦਲਾ ਨਹੀਂ ਲੈਂਦੇ। ਓਏ ਅੱਜ ਨੱਥ ਪਾ ਦਿਆਂਗਾ, ਲਗੜਾ ਮਨ ਵਿੱਚ ਮਾਣ ਰਵੇ ਨਾ ਖਾਨਾ। ਤੂੰ ਆਸ਼ਕ ਹੂਰਾ ਦਾ, ਤੈਨੂੰ ਹੂਰਾ ਕੋਲ ਪਚਾਵਾਂ, ਕੋਈ ਫਰਕ ਨੀ ਨਾਵਾਂ ਚ, ਮਿਲ ਗਿਆ ਹਾਣ ਹਾਣ ਨੂੰ ਸਾਵਾਂ। ਹਾਣ ਬਚਾ ਲਈਏ, ਮਾਰੇ ਹਾਣ ਹਾਣ ਨੂੰ ਤਾਨਾ, ਕਰ ਪਹਿਲਾ ਵਾਰ ਤੂੰ ਮਨ ਵਿੱਚ ਮਾਣ ਰਵੇ ਨਾ ਖਾਨਾ। ਉਹ ਕਿਸਮਤ ਦੇ ਚੱਕਰ ਨੇ ਖਾਨਾ, ਕਿਸਮਤ ਦੇ ਚੱਕਰ ਨੇ ਤੈਨੂੰ ਮੇਰੇ ਕੋਲ ਪਹੁੰਚਾਇਆ, ਅਣਜਲ ਹੀ ਬੰਦੇ ਨੂੰ ਇੱਕ ਤੋਂ ਦੂਜੀ ਜਗ੍ਹਾ ਲਿਆਇਆ। ਰਾਜ ਤੇ ਉਡੀਕ ਦਿਆ, ਮਾਂ ਦਿਆ ਚੰਨ ਪਿਓ ਦਿਆ ਭਾਨਾ, ਕਰ ਪਹਿਲਾ ਵਾਰ ਤੂੰ ਮਨ ਵਿੱਚ ਮਾਣ ਰਵੇ ਨਾ ਖਾਨਾ। ਹੋਇਆ ਪਿੜ ਵਿੱਚ ਕੁੱਦ ਪਈਏ, ਉਹ ਐਵੇਂ ਦੁਨੀਆ ਨਾ ਮਰਵਾਈਏ, ਆਪਣੇ ਵਿੱਚ ਕੁੱਦ ਪਈਏ, ਐਵੇਂ ਦੁਨੀਆ ਨਾ ਮਰਵਾਈਏ, ਗੱਲ ਆਪ ਨਿਬੇੜ ਲਈਏ, ਸਿੱਧਾ ਅਸਲੀ ਗੱਲ ਤੇ ਆਈਏ। ਜੇ ਮਰਨਾ ਧਰਮ ਲਈ, ਮਰਨਾ ਕਰਨਾ ਕਿਉਂ ਬਹਾਨਾ, ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਣ ਰਵੇ ਨਾ ਖਾਨਾ। ਦਰਵਾਜੇ ਅੱਲਾ ਦੇ ਖਾਨਾ, ਦਰਵਾਜੇ ਅੱਲਾ ਦੇ ਤਗਮਾ, ਚਮਕ ਰਿਹਾਈ ਤੇਰਾ ਸਿਰ ਤੇਰਾ ਲਾਉਣ ਲਈ, ਚੱਕਰ ਚਮਕ ਰਿਹਾਈ ਮੇਰਾ, ਗੱਲ ਛੱਡ ਕੇ ਜੀਵਨ ਦੀ ਆ ਜਾ ਗਈਏ ਮੌਤ ਤਰਾਨਾ, ਕਰ ਪਹਿਲਾ ਵਾਰ ਤੂੰ ਮਨ ਵਿੱਚ ਮਾਣ ਰਵੇ ਨਾ ਖਾਨਾ। ਬਾਬੇ ਨੂੰ ਫੇਰ ਮਿਲੀ ਖਾਨਾ, ਬਾਬੇ ਨੂੰ ਫੇਰ ਮਿਲੀ, ਪਹਿਲਾਂ ਹੱਥ ਮਿਲਾ ਜਾ ਮੈਨੂੰ, ਅਰਛਾਂ ਵੱਲ ਵੇਖ ਜਰਾ, ਹੂਰਾਂ ਵੇਟ ਕਰਦੀਆਂ ਤੈਨੂੰ। ਉਹ ਦੁਨੀਆ ਦੇ ਵੇਂਦਿਆਂ ਹੀ ਮੋਢਾ ਲਾ ਦਿਆਂਗਾ ਪਲਵਾਨਾ, ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਣ ਰਵੇ ਨਾ ਖਾਨਾ। ਤੂੰ ਉਮਤ ਅੱਲਾ ਦੀ ਖਾਨਾ, ਤੂੰ ਉਮਤ ਅੱਲਾ ਦੀ, ਮੈਂ ਅਕਲ ਗੀ ਧਰਦਾ ਜਾਇਆ, ਆ ਮੌਕਾ ਹੱਥ ਸਬੱਬੀ ਆਇਆ, ਜਲ ਨੈਲਿਆ ਤੂੰ ਤਾਈਓ ਬਨ ਜਿੱਤਦਾ ਗਾਨਾ, ਤਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਣ ਰਵੇ ਨਾ ਖਾਨਾ। ਬਾਬਾ ਬਲਵੰਤ ਸਿੰਘ ਕਹਿੰਦਾ, ਓਏ ਜ਼ਬਰਦਸਤ ਖਾਂ ਵਾਰ ਕਰ ਲਾ ਜਰਾ, ਹੁਣੇ ਜੰਗ ਚੱਲਣ ਡਿਆ ਵਾ, ਜੰਗ ਤੇ ਚੱਲਦਾ ਹੀ ਰਹਿਣਾ, ਜੰਗ ਇੱਕ ਬੰਨੇ ਚੱਲਣ ਡਿਆ ਤੇ ਦੂਜੇ ਬੰਨੇ ਮੈਨੂੰ ਪਰਚੀ ਮਿਲੀ ਆ,
ਜਿਹਨਾਂ ਗੁਰਮੁਖਾਂ ਨੇ ਗੁਰੂ ਘਰ ਦੇ ਇਤਿਹਾਸ ਦੇ ਸਤਿਕਾਰ 'ਚ ਮਾਇਆ ਭੇਜੀ ਆ। ਸਤਿਕਾਰਯੋਗ ਤਰਲੋਕ ਸਿੰਘ ਜੀ ਤੋਖੀ ਸਾਹਿਬ ਕੈਲਗਿਰੀ ਕਨੇਡਾ ਵਾਲੇ 1100 ਦਵੜਾ ਹਾਜ਼ਰ ਕਰਦੇ ਆ। ਭਾਈ ਅਮਰੀਕ ਸਿੰਘ ਜੀ ਸਪੇਨ ਅਤੇ ਅਮਰੀਕ ਸਿੰਘ ਜੀ ਮਨੀਸਾ ਉਹਨਾਂ ਵੱਲੋਂ 500-500 ਦਵੜਾ ਮਾਇਆ ਆਈ ਹੈ। ਖਾਲਸਾ ਜੀ ਇਹ ਮਾਇਆ ਦੇਣੀ ਜਿਹੜੀ ਆ ਨਾ 5 ਤਰੀਕਿਆਂ ਨਾਲ ਮਾਇਆ ਦਈਦੀ ਆ ਅਤੇ ਇਹ ਪੰਥ ਦੀ ਮਰਿਆਦਾ। ਮੈਨੂੰ ਪਤਾ ਵੀ ਜਿੱਥੇ ਸੰਗਤ ਬੈਠੀ ਆ ਉੱਥੇ ਮੇਰੇ ਤੋਂ ਬਾਅਦ ਹਾਜ਼ਰੀ ਭਰਨ ਵਾਲੇ ਜਥੇ ਵੀ ਬੈਠੇ ਆ, ਤਾਂ ਕਰਕੇ ਮੈਂ ਆਪਣੇ ਟਾਈਮ 'ਚ ਸਮਾਪਤੀ ਕਰਨੀ ਆ। ਪਰ ਮੈਨੂੰ ਪਤਾ ਵੀ ਸਾਰੇ ਉਵੇਂ ਬੈਠਣ ਵਾਲੇ ਨਹੀਂ ਹੁੰਦੇ, ਕਈ ਸੁਣਨ ਵਾਲੇ ਵੀ ਹੁੰਦੇ ਆ ਅਤੇ ਕਈ ਸੁਣ ਕੇ ਸਮਝਣ ਵਾਲੇ ਵੀ ਹੁੰਦੇ ਆ। ਤਾਂ ਕਰਕੇ ਮੈਂ ਇਹ ਬਚਨ ਉਹਨਾਂ ਦੀ ਭੇਟ ਕਰਦਾ ਭਾਈ 5 ਤਰੀਕਿਆਂ ਨਾਲ ਮਾਇਆ ਦਈਦੀ ਹੈ। ਸਭ ਤੋਂ ਪਹਿਲੀ ਆ ਦਰਸ਼ਨੀ ਭੇਟ, ਜਦੋਂ ਸਤਿਗੁਰਾਂ ਦਾ ਦਰਸ਼ਨ ਕਰਨਾ ਉਦੋਂ ਖਾਲੀ ਦਰਸ਼ਨ ਨਹੀਂ ਕਰਨਾ, ਭਾਵੇਂ ਕੋਈ ਤਿਲ ਧਰ ਦੇਵੇ ਭਾਵੇਂ ਕੋਈ ਫੋਲੀ ਧਰ ਦੇਵੇ, ਫਲ ਦੀਜਾ ਫਲ ਪਾਈਏ ਫਲੇ ਨਾ ਫਲ ਬਿਨ ਸੇਵ, ਇਹ ਸਾਡੇ ਗਿਆਨੀਆਂ ਨੇ ਕਿਹਾ। ਫਿਰ ਪਹਿਲੀ ਭੇਟਾ ਵਾ ਦਰਸ਼ਨੀ ਭੇਟ, ਦੂਜੀ ਭੇਟਾ ਵਾ ਲੰਗਰ ਦੀ ਭੇਟਾ, ਭਾਵੇਂ ਕੋਈ ਰਸਤ ਚੜ੍ਹਾ ਦੇਵੇ ਭਾਵੇਂ ਕੋਈ ਮਾਇਆ ਹੀ ਦੇ, ਇਹ ਦੂਜੀ ਭੇਟਾ। ਤੀਜੀ ਭੇਟਾ ਵਾ ਕਾਰ ਭੇਟਾ, ਜਿਹਨੂੰ ਗ੍ਰਾਹੀ ਕਹੀਦੀ ਆ, ਕਾਰ ਸੇਵਾ ਵਾਲੇ ਬਾਬੇ ਕਰਦੇ ਆ। ਇਹ ਮਰਿਆਦਾ ਪੰਥ ਦੀ ਭਾਈ, ਸਿੱਖਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਕਾਰ ਭੇਟਾ ਦੇਣੀ ਆ ਜਿਹਦੇ ਨਾਲ ਗੁਰੂ ਘਰਾਂ ਦੇ ਪਹਿਰੇ ਚੱਲਦੇ ਆ। ਚੌਥੀ ਭੇਟਾ ਵਾ ਦਸਵੰਧ ਵਾਲੀ ਭੇਟਾ, ਭਈ ਜੇ ਸਿੱਖ 100 ਕਮਾਵੇ ਤਾਂ 10 ਦੇਵੇ, 10,000 ਕਮਾਵੇ ਤਾਂ 1,000 ਦੇਵੇ, 1,00,000 ਕਮਾਵੇ ਤਾਂ 10,000 ਨਹੀਂ ਸਿੱਖ ਦਿੰਦਾ। ਇੱਦਾਂ ਦੀ ਇਮਾਨਦਾਰੀ ਆ ਸਿੱਖਾਂ ਦੀ, 100 ਕਮਾਵੇ ਤਾਂ 10 ਦੇ ਦੇਗਾ ਕੋਈ ਗੱਲ ਨਹੀਂ, 10,000 ਵੀ ਕਮਾ ਲਿਆ ਤਾਂ 1,000 ਦਊਗਾ, 1,00,000 ਕਮਾ ਲਿਆ ਤਾਂ 10,000 ਨਹੀਂ ਦਊਗਾ। ਅਤੇ ਜੇ 10,00,000 ਕਮਾਇਆ ਫਿਰ ਗੁਰੂ ਕੌਣ ਆ, ਫਿਰ ਤਾਂ ਚੇਤਾ ਹੀ ਭੁੱਲ ਜਾਂਦਾ। ਇਹ ਆ ਸਿੱਖਾਂ ਦਾ ਹਿਸਾਬ ਕਿਤਾਬ। ਪਰ ਇਹ ਮਰਿਆਦਾ ਵਾ ਭਾਈ, ਸਿੱਖ ਦਸਵੰਧ ਦੇਵੇ, ਫਿਰ ਜਿਹੜਾ ਗੁਰੂ ਨੂੰ ਦਸਵੰਧ ਨਹੀਂ ਨਾ ਕੱਢਦਾ ਉਹ ਫਿਰ ਬਾਬਰਕਿਆਂ ਨੂੰ ਦੇਣੇ ਪੈਂਦੇ ਆ, ਉਹ ਪੁੱਠੇ ਬੰਨੇ ਨਿਕਲ ਜਾਂਦੇ ਹੋ, ਮੈਂ ਪਹਿਲਾਂ ਵੀ ਦੱਸਿਆ। ਅਤੇ 5ਵੀਂ ਭੇਟਾ ਵਾ ਜਿਹੜੀ ਤੁਸੀਂ ਰਾਗੀ ਢਾਡੀਆਂ ਨੂੰ ਹਾਜ਼ਰ ਕਰਦੇ। ਮੈਂ ਫਿਰ ਤੋਂ ਗਿਣਾਉਂਦਾ, ਦਰਸ਼ਨੀ ਭੇਟ, ਫਿਰ ਲੰਗਰ ਦੀ ਭੇਟ, ਫਿਰ ਕਾਰ ਸੇਵਾ, ਦਸਵੰਧ ਸੇਵਾ ਅਤੇ ਕੀਰਤਨ ਸੇਵਾ। ਇਹ 5 ਤਰੀਕਿਆਂ ਨਾਲ ਮਾਇਆ ਜਿਹੜੀ ਗੁਰੂ ਘਰ ਚੜ੍ਹਾਈ ਦੀ ਹੈ ਅਤੇ ਮਹਾਰਾਜ ਖੁਸ਼ੀਆਂ ਹੀ ਦੇਈ ਜਾਂਦੇ ਆ। ਤਾਂ ਜਿਹਨਾਂ ਗੁਰਮੁਖਾਂ ਨੇ ਸਤਿਗੁਰਾਂ ਦੇ ਇਤਿਹਾਸ ਦੇ ਸਤਿਕਾਰ 'ਚ ਮਾਇਆ ਕੱਲੀ ਹੈ, ਮਹਾਰਾਜ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਖੁਸ਼ੀਆਂ ਬਖਸ਼ਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ। ਅਤੇ ਹੁਣ ਆਈ ਆਪਣੇ ਜੰਗ ਵੱਲ, ਇੱਕ ਵਾਰ ਜੰਗ ਚੱਲਣ ਡਿਆ, ਸੂਰਮੇ ਲੜਦੇ ਆ। ਬਾਬੇ ਬਲਵੰਤ ਸੋਹਣੇ ਆਖਿਆ ਵੇ ਜਵਾਨਾ ਜਰਾ ਮੇਰੇ ਨਾਲ ਭੇੜ ਪਾ। ਉਹਨੇ ਬਾਬਾ ਜੀ ਦੇ ਤੀਰ ਮਾਰੇ, ਬਾਬਾ ਜੀ ਬਚ ਗਏ। ਬਾਬਾ ਜੀ ਨੇ ਦਮਾਲੇ ਤੋਂ ਚੱਕਰ ਲਾਇਆ, ਕਈ ਕਹਿੰਦੇ ਆ ਵੀ ਨਿਹੰਗ ਸਿੰਘ ਐਵੇਂ ਕਿਲੋ ਕਿਲੋ ਲੋਹਾ ਸਿਰ ਟੰਗੀ ਫਿਰਦੇ ਆ। ਪਰ ਮੈਂ ਦੱਸਣਾ ਚਾਹੁੰਦਾ ਵੀ ਜੇ ਲੋਹਾ ਨਾ ਹੁੰਦਾ ਅੱਜ ਸਿਰਾਂ 'ਤੇ ਪੱਗਾਂ ਨਹੀਂ ਸਨ ਹੋਣੀਆਂ। ਕਈ ਅੱਜ ਵੀ ਨਹੀਂ ਇਹ ਗੱਲ ਨੂੰ ਮੰਨ ਕੇ ਰਾਜੀ, ਕਦੀ ਇਤਿਹਾਸ ਪੜ੍ਹ ਕੇ ਸੁਣ ਕੇ ਤਾਂ ਵੇਖੀਏ। ਆਪਾਂ ਇੱਥੇ ਆਉਂਦੇ ਹਾਂ, ਬੋਲਣ ਵਾਲੇ ਵੀ ਇੱਧਰ ਉੱਧਰ ਦੀਆਂ ਸੁਣਾ ਕੇ ਗਾਂਹ ਜਾਂਦੇ ਆ, ਆਪ ਪੜ੍ਹਨ ਜੋਗਾ ਸਾਡੇ ਕੋਲ ਟਾਈਮ ਨਹੀਂ, ਫਿਰ ਕਹਿੰਦੇ ਹਾਂ ਪਤਾ ਹੀ ਨਹੀਂ ਪਿੱਛੇ ਕੀ ਹੋਇਆ। ਪਰ ਜੇ ਸੁਣਾਉਣ ਵਾਲਾ ਸਹੀ ਸੁਣਾਵੇ ਪਤਾ ਲੱਗਦਾ ਆ। ਬਾਬਾ ਜੀ, ਬਾਬੇ ਬਲਵੰਤ ਸੋਹਣੇ ਦਮਾਲਿਓ ਲਾਇਆ ਚੱਕਰ, ਉਹਨੂੰ ਉਂਗਲ 'ਤੇ ਘੁਮਾਇਆ, ਘੁਮਾ ਕੇ ਜ਼ਬਰਦਸਤ ਖਾਂ ਦੀ ਧੌਣ ਵੱਲ ਛੱਡਿਆ, ਬਾਬੇ ਬਲਵੰਤ ਸੋਹ ਦੇ ਉਂਗਲ 'ਚੋਂ ਛੁੱਟਿਆ ਚੱਕਰ। ਖਾਲਸਾ ਜੀ, ਬਲਵੰਤ ਸੋਹ ਦਾ ਐਵੇਂ ਸਿਰ ਵੱਢ ਗਿਆ ਜਿਵੇਂ ਕ੍ਰਿਸ਼ਨ ਦੇ ਸੁਦਰਸ਼ਨ ਨੇ ਸ਼ਿਸ਼ੂਪਾਲ ਦਾ ਸਿਰ ਵੱਢਿਆ ਸੀ। ਉਹ ਐਡਾ ਬਹਾਦਰੀ ਨਾਲ ਉਹ ਚੱਕਰ ਚੱਲਿਆ, ਬਾਬੇ ਬਲਵੰਤ ਸੋਹ ਦੇ ਹੱਥੋਂ ਛੁੱਟਿਆ ਚੱਕਰ, ਜ਼ਬਰਦਸਤ ਖਾਂ ਦਾ ਸਿਰ ਵੱਢ ਗਿਆ।
ਜ਼ਬਰਦਸਤ ਖਾਨ ਨੂੰ ਮਰਦਿਆ ਵੇਖ, ਇਹਦਾ ਜਰਨੈਲ ਆ ਰੁਸਤਮ ਖਾਨ, ਇਹਨੂੰ ਗੁੱਸਾ ਆਇਆ। ਸੁਣੀਏ ਰੁਸਤਮ ਖਾਨ ਵਧਿਆ ਬਾਬੇ ਬਲਵੰਤ ਸਿੰਘ ਦੇ ਵੱਲ, ਕਹਿੰਦਾ ਵਾ ਬਲਵੰਤ ਸਿੰਘ ਦੂਰੋਂ ਦੂਰੋਂ ਚੱਕਰ ਮਾਰ ਕੇ ਬੰਦੇ ਮਾਰਦੇ ਹੀ ਦੇ, ਜੇ ਤੂੰ ਵਾਕਈ ਮਰਦਿਆਂ ਤੇ ਹੱਥੋਂ ਹੱਥੀ ਆ, ਫਿਰ ਦੋਵੇਂ ਵੰਗਾਰ ਕੇ ਇੱਕ ਦੂਜੇ ਨੂੰ ਪਏ ਆ। ਸੁਣੀਏ ਫਿਰ ਉਹਨਾਂ ਨੇ ਨਤੀਜਾ ਕੀ ਕੀਤਾ, ਇਉਂ ਬੇਨਤੀ ਕੀਤੀ ਜਾਂਦੀ, ਜਦ ਜ਼ਬਰਦਸਤ ਖਾਨੇ ਗੁੱਸੇ ਦੇ ਵਿੱਚ ਤੀਰ ਚਲਾਇਆ, ਜੋਧੇ ਦੇ ਸਿਰ ਤੋਂ ਦੀ ਲੰਘਿਆ ਹੱਥ ਦੇ ਗੁਰਾਂ ਬਚਾਇਆ, ਹੋੜ ਪੈ ਗਏ ਮੱਥੇ ਤੇ ਯੋਧਾ ਵਾਂਗ ਸ਼ੇਰ ਦੇ ਬੜਕੇ, ਓ ਪੁੱਤ ਪਠਾਨ ਦਿਆ ਹੋਣੀ ਸਿਰ ਤੇਰੇ ਤੇ ਕੜਕੇ, ਓ ਚੱਟ ਬਦਲ ਪੈਂਤਰੇ ਨੂੰ ਦੂਜਾ ਵਾਰ ਖਾਨ ਨੇ ਕੀਤਾ, ਸੋਵੀਣੀ ਜੋਧੇ ਦੀ ਥੋੜਾ ਖੂਨ ਤੀਰ ਨੇ ਪੀਤਾ, ਸ੍ਰੀ ਅਕਾਲ ਕਹੇ ਜੋਲਾ ਵਾਂਗ ਸ਼ੇਰ ਪਦ ਮਾਰੇ, ਕਰ ਪਲਾ ਜਾਣ ਲਈ ਖਾਨਾ ਯਾਰ ਵਿਛੜ ਗਏ ਸਾਰੇ, ਉਹ ਚੱਕਰ ਨੂੰ ਝਾੜ ਲਿਆ ਤੇ ਉਂਗਲ ਪਲ ਦੋ ਪਲ ਕਮਾਇਆ, ਚੱਕਰ ਨੂੰ ਝਾੜ ਲਿਆ ਉਂਗਲੇ ਪਲ ਦੋ ਪਲ ਕਮਾਇਆ, ਅਰਸ਼ਾਂ ਵੱਲ ਬਾਜ ਜਿਵੇਂ ਸਿੱਧਾ ਵੱਲ ਕੂੰਜਦੇ ਆਇਆ, ਜ਼ਬਰਦਸਤ ਖਾ ਤੋਂ ਰੁਕਿਆ ਚੱਕਰ ਨਾ ਸਿਰ ਲੈ ਗਿਆ, ਤਕਵੀਰ ਤੜਫਦੇ ਨੂੰ ਗੁੱਸਾ ਰੁਸਤਮ ਖਾਨ ਨੂੰ ਆ ਗਿਆ, ਹੋ ਕੇ ਖਾਨ ਖਾਲਸਾ ਜੀ ਕਰ ਲੋ ਧੁਰ ਦਰਗਾਹ ਦੇ ਤਿਆਰੇ, ਮੈਂ ਪਲ ਵਿੱਚ ਕਰ ਦਿਆਂਗਾ ਫੈਸਲਾ ਇੱਕ ਅੱਖ ਦੇ ਪਲਕਾਰੇ, ਸੁਣ ਬਲਵੰਤ ਸਿੰਘ ਮੈਨੂੰ ਰੁਸਤਮ ਲੋਕ ਬਣਾਉਂਦੇ, ਇਸ ਰੰਗਲੀ ਦੁਨੀਆ ਤੇ ਗਾਜੀ ਵਾਰ ਵਾਰ ਨਹੀਂ ਆਉਂਦੇ, ਜੋ ਮਰਦੇ ਦੀਨ ਉੱਤੋਂ ਵਿਰਲੇ ਪੁੱਤ ਜੰਮਦੀਆਂ ਮਾਵਾਂ, ਸਰਵਰਸ ਦਿਆ ਹੰਸਾ ਨੇ ਮੋਤੀ ਚੁਗ ਨਹੀਂ ਸਕਦੇ ਕਾਵਾਂ, ਪਰ ਗੱਲ ਖਾਲਸਾ ਜੀ ਕਰੀਏ ਘੋੜੇ ਥੱਲੇ ਹੋ ਕੇ, ਮੈਂ ਸਿਰ ਦਸਤਾਰ ਸਣੇ ਰੱਖ ਲੂ ਨੇਜੇ ਵਿੱਚ ਪਰੋ ਕੇ, ਉਹ ਫਿਰ ਸ਼ੇਰ ਨਿਹੰਗ ਸਿੰਘ ਨੇ ਆਖਿਆ ਘੋੜੇ ਥੱਲੇ ਆ ਕੇ, ਤਲਵਾਰ ਨਾਲ ਲੜਨੇ ਲਈ ਬੱਬਰ ਸ਼ੇਰ ਪੈ ਗਿਆ ਤਾ ਕੇ, ਉਹ ਪੁੱਤਰ ਮਾਵਾਂ ਦੇ ਡਟ ਕੇ ਅੰਬ ਸਾਹਮਣੀ ਜੁੱਟੇ, ਐਦਾਂ ਖੜਕਾਟ ਹੋਵੇ ਭਾਂਡੇ ਨੂੰ ਠਟਿਆਰ ਜੋ ਕੁੱਟੇ, ਉਹ ਤਲ ਡਿੱਗ ਪਏ ਧਰਤੀ ਤੇ ਪੰਜਾ ਇੱਕ ਦੂਜੇ ਨਾਲ ਪਾ ਕੇ, ਜੋਗੀ ਸਰਦਾਰ ਕਈ ਗੁਰਮੁਖਵਾਰ ਦੱਸਣਗੇ ਗਾ ਕੇ, ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖਾਂ ਵੱਲੋਂ ਹਰ ਜਥੇ ਨੂੰ ਬੇਅੰਤ ਮਾਇਆ ਹਾਜ਼ਰ ਹੋਈ ਹੈ, ਉਹਨਾਂ ਸਾਨੂੰ ਵੀ ਹਾਜ਼ਰ ਕੀਤੀ ਆ। ਮੈਂ ਪ੍ਰਬੰਧਕਾਂ ਦਾ ਉਹਨਾਂ ਸਾਰੇ ਗੁਰਮੁਖਾਂ ਦਾ ਧੰਨਵਾਦੀ ਹਾਂ। ਖਾਲਸਾ ਜੀ ਸਿੱਖ ਸਿੱਖ ਨੂੰ ਜੇ ਦਸਵੰਧ ਕੱਢੇ ਨਾ, ਮੈਂ ਤਾਂ ਇੱਕ ਹੋਰ ਵੀ ਗੱਲ ਕਹਿੰਦਾ ਵੀ ਅਜੇ ਕੋਈ ਇਮਾਨਦਾਰੀ ਨਾਲ ਦਸਵੰਧ ਨਹੀਂ ਦਿੰਦਾ ਤੇ ਤਾਂ ਸਿੱਖਾਂ ਦੇ ਖਜ਼ਾਨੇ ਭਰੇ ਆ, ਜਿੱਥੇ ਜੀ ਕਰਦਾ ਲੰਗਰ ਲਾ ਦੀਦਾ, ਜਿੱਥੇ ਜੀ ਕਰਦਾ ਉੱਥੇ ਹੀ ਲੰਗਰ ਲੱਗ ਜਾਂਦੇ ਆ। ਜੇ ਸਿੱਖ ਇਮਾਨਦਾਰੀ ਨਾਲ ਦਸਵੰਧ ਦੇਣ ਲੱਗ ਜਾਣ, ਸਰਕਾਰ ਦੀ ਬਰਾਬਰੀ ਤੇ ਸਾਡਾ ਬਜਟ ਆ, ਗੁਰੂ ਘਰਾਂ ਦੀ ਆਮਦਨ ਕਿਤੇ ਥੋੜ੍ਹੀ ਆ। ਪਰ ਉਹ ਗੱਲ ਵੱਖਰੀ ਆ ਵੀ ਇਮਾਨਦਾਰੀ ਮੁੱਕ ਗਈ,
ਧਰਮ ਰਹਿ ਹੁਣ ਇੱਕ ਪੈਰ ਤੇ ਗਿਆ, ਧਰਮ ਚੌਂ ਪੈਰਾਂ ਤੇ ਸੀ। ਖਾਲਸਾ ਜੀ ਹੁਣ ਤਿੰਨ ਪੈਰ ਧਰਮ ਦੇ ਗਵਾਚ ਗਏ, ਟੁੱਟ ਗਏ, ਗੁਪਤ ਹੋ ਗਏ। ਚੌਥਾ ਧਰਮ ਦਾ ਪੈਰ ਆ ਦਇਆ, ਤੇ ਤਿੰਨ ਧਰਮ ਦੇ ਪਹਿਲੇ ਪੈਰ ਹਨ ਸਤ, ਤਪ, ਦਇਆ ਤੇ ਦਾਨ। ਇਹ ਚਾਰ ਧਰਮ ਦੇ ਪੈਰ ਨੇ, ਸਤ, ਤਪ, ਦਇਆ ਤੇ ਦਾਨ। ਹੁਣ ਇਕੱਲਾ ਦਾਨ ਹੀ ਰਹਿ ਗਿਆ, ਪਹਿਲੇ ਤਿੰਨ ਕਿਤੇ ਵੀ ਨਹੀਂ ਮਿਲਦੇ। ਤੇ ਐਡਾ ਕੰਮ ਨਿਕੰਮਾ ਹੋ ਗਿਆ, ਕਈ ਮੇਰੇ ਵਰਗੇ ਮੈਂ ਬੜੇ ਇੱਦਾਂ ਦੇ ਵੇਖੇ ਆ, ਅੱਗੋਂ ਪਿੱਛੋਂ ਪਤਾ ਹੀ ਨਹੀਂ ਕਿਵੇਂ ਤੁਰੇ ਫਿਰਦੇ ਆ। ਸਟੇਜ 'ਤੇ ਗਾਉਣਾ ਹੋਵੇ ਤਾਂ ਬਾਣੇ ਪਾ ਕੇ ਆ ਜਾਂਦੇ ਆ ਜਥੇ। ਮੈਂ ਜਥਿਆਂ ਦੀ ਗੱਲ ਕਰਦਾ, ਜੇ ਸੁਣਾਉਣ ਵਾਲੇ ਇੱਦਾਂ ਦੇ ਹੋ ਗਏ, ਸਿੱਖਣ ਵਾਲੇ ਕਿੰਨੇ ਕੁ ਆਖੇ ਲੱਗਣਗੇ। ਇੰਨੀ ਕੁ ਤਾਂ ਸਿੱਖੀ ਰਹਿ ਗਈ ਆ। ਅਤੇ ਫਿਰ ਖਾਲਸਾ ਜੀ, ਦਇਆ ਵੀ ਜਿਹੜੀ ਗਈ, ਸੱਤ ਵੀ ਗਿਆ, ਤਪ ਵੀ ਗਿਆ, ਅਤੇ ਦਾਨ ਰਹਿ ਗਿਆ। ਅਤੇ ਦਾਨ ਵੀ ਹੁਣ ਕਿੱਦਾਂ ਦਾ? ਇੱਕ ਮੈਂ ਪੋਸਟ ਵੇਖੀ ਆ ਵੀ ਗੁਰਦੁਆਰੇ ਕਿਸੇ ਨੇ ਚੜ੍ਹਾਇਆ ਪੱਖਾ, ਉੱਤੇ ਲਿਖਿਆ ਵੀ 200 ਰੁਪਈਆ ਫਲਾਣੇ ਸਿੰਘ ਦੇ ਪੋਤਰੇ ਨੇ ਦਿੱਤਾ, ਅਤੇ ਬਾਕੀ ਸਾਰੀ ਸੇਵਾ ਸੰਗਤ ਨੇ ਪੱਖੇ 'ਚ ਪਾਈ। ਅਤੇ ਮੈਂ ਕਿਹਾ ਇੰਨੀ ਵੱਡੀ ਕਰੰਸੀ ਦੇ ਕੇ ਨਾਲ ਸਿਕਿਉਰਿਟੀ ਵੀ ਦੇਣੀ ਸੀ, ਠੀਕ ਹੈ, 200 ਰੁਪਈਆ ਲੁੱਟਿਆ ਹੀ ਨਾ ਜਾਵੇ। ਇੱਦਾਂ ਨਾਲ ਤਾਂ ਲੋਕ ਦਾਨ ਕਰਦੇ ਆ, ਫਿਰ ਦਾਨ ਵੀ ਨਿਰਮੂਲ ਹੁੰਦਾ ਜਾਂਦਾ, ਅਤੇ ਧਰਮ ਮਗਰੋਂ ਰਹਿ ਕੇ ਜਾਣਾ ਫਿਰ। ਫਿਰ ਖਾਲਸਾ ਜੀ ਕੂੜ ਕਪਟ ਪ੍ਰਧਾਨ ਹੋ ਜਾਂਦਾ, ਅਤੇ ਹੋ ਵੀ ਰਿਹਾ ਵਾ, ਇਹਦੇ ਵਿੱਚ ਝੂਠ ਕੀ ਆ? ਉਹ ਗੱਲ ਵੱਖਰੀ ਆ ਵੀ ਮੈਂ ਸਿੱਧੀ ਗੱਲ ਕਰਨ ਡਿਆ, ਕੋਈ ਨਹੀਂ ਕਰਦਾ, ਕੋਈ ਘੁਮਾ ਕੇ ਕਰ ਜਾਂਦਾ, ਪਰ ਮੇਰਾ ਟਾਈਮ ਉਨਾ ਗਿਆ, ਮੈਂ ਸਿੱਧੀ ਸਿੱਧੀ ਗੱਲ 'ਚ ਸਮਝਾਉਣਾ ਚਾਹੁੰਦਾ। ਸਿੱਧੀ ਗੱਲ ਸਮਝ ਵੀ ਸੌਖੀ ਆਉਂਦੀ ਆ। ਆਪ ਜੀ ਨੇ ਇੱਥੋਂ ਤੱਕ ਸੁਣਿਆ, ਬਾਬੇ ਬਲਵੰਤ ਸਿੰਘ ਦੇ ਹੱਥੋਂ ਜ਼ਬਰਦਸਤ ਖਾਂ ਦਾ ਸਿਰ ਵੱਢਿਆ ਗਿਆ, ਉਹਨੂੰ ਮਰਦਿਆਂ ਵੇਖ ਰੁਸਤਮ ਖਾਂ ਨਿੱਤਰਿਆ। ਉਹਨੇ ਬਾਬੇ ਬਲਵੰਤ ਸਿੰਘ ਨੂੰ ਆਖਿਆ, ਜਿਹੜਾ ਹੋ ਸਿੱਧਾ। ਬਾਬੇ ਬਲਵੰਤ ਸਿੰਘ ਨੇ ਫਿਰ ਆਹਮੋ ਸਾਹਮਣੇ ਹੋ ਕੇ ਜੰਗ ਕੀਤਾ, ਦੋਵਾਂ ਦੇ ਸਾਂਝੇ ਵਾਰ ਹੋਏ, ਕਿਰਪਾਨਾਂ ਨਾਲ ਲੜ ਲੜ ਕੇ ਦੋਵੇਂ ਸ਼ਹੀਦ ਹੋ ਗਏ। ਖਾਲਸਾ ਜੀ ਇੱਦਾਂ ਸੂਰਮੇ ਲੜ ਮਰ ਰਹੇ ਸੀ, ਇੱਕ ਬੰਨੇ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ, ਉਹਦੇ ਹੱਥ ਵਿੱਚ 18 ਸੇਰ ਦਾ ਖੰਡਾ, ਜਿਹਦੇ ਇੱਕ ਵਾਰੀ ਸਿਰ ਦੇ ਵਿੱਚ ਪਵੇ ਐ ਲੱਗੇ ਜਿਵੇਂ ਜਮਾਂ ਦਾ ਡੰਡਾ ਵੱਜਦਾ, ਕਿਉਂਕਿ ਜਮ ਜਿਹਦੇ ਡੰਡਾ ਮਾਰਨ ਉਹ ਹੱਡਾਂ ਨੂੰ ਕੜਕਾ ਕੇ ਜਾਨ ਕੱਢ ਲੈਂਦੇ ਆ। ਜਮਾਂ ਦਾ ਡੰਡਾ ਜਿਹਦੇ ਵੱਜ ਜਾਵੇ ਉਹਦੇ ਪ੍ਰਾਣ ਮੁੜ ਕੇ ਰਹਿੰਦੇ ਨਹੀਂ, ਐ ਜਾਵਦਾ ਸੀ ਜਿਵੇਂ ਬਾਬਾ ਜੀ ਦਾ ਖੰਡਾ ਜਮਰਾਜ ਦਾ ਡੰਡਾ ਹੀ ਬਣ ਗਿਆ ਹੋਵੇ, ਜਿਹਦੇ ਵੱਜਦਾ ਸੀ ਕੰਮ ਹੀ ਨਿਬੜਦਾ ਸੀ। ਬਾਬਾ ਜੀ ਨੂੰ ਲੜਦਿਆਂ ਵੇਖ, ਇੱਕ ਯਕੂਬ ਖਾਨ ਨਾਂ ਦਾ ਜਵਾਨ ਸੀ, ਉਹਨੇ ਵੇਖਿਆ ਬੁੱਢਾ ਜਿਹਾ ਬੜੀ ਮਾਰ ਪਾਉਣ ਡਿਆ, ਆਇਆ ਬਾਬਾ ਜੀ ਦੇ ਸਾਹਮਣੇ, ਕਹਿੰਦਾ ਵੇ ਬੁੱਢਿਆ, ਜਿਹੜੀ ਉਮਰ ਮੰਜੇ 'ਤੇ ਬਹਿਣ ਦੀ ਸੀ, ਤੂੰ ਜੰਗ ਦੇ ਮੈਦਾਨ 'ਚ ਮਰਨਾ ਆ ਗਿਆ, ਤੇਰਾ ਚਿੱਟਾ ਦਾੜਾ, ਤੇਰੇ ਬੁੱਢੇ ਹੱਡ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਪੁੱਤਰਾ ਤੂੰ ਮੇਰਾ ਅਜੇ ਦਾੜਾ ਹੀ ਵੇਖਿਆ, ਅਜੇ ਤੂੰ ਮੈਨੂੰ ਬੁੱਢਾ ਹੀ ਵੇਖਿਆ, ਤੂੰ ਇਹ ਨਹੀਂ ਵੇਖਿਆ ਵੀ ਮੇਰੇ ਮਗਰ ਕਿਰਪਾ ਕੀਤੀ ਆ, ਮੇਰੇ ਮਗਰ ਮੇਰਾ ਪਿਓ ਕਿੱਡਾ ਵੱਡਾ ਆ, ਤੂੰ ਅਜੇ ਇਹ ਨਹੀਂ ਵੇਖਿਆ। ਯਕੂਬ ਖਾਂ ਕਹਿਣ ਲੱਗਾ, ਬਾਬਾ ਅਜੇ ਵੀ ਜਾਣ ਚਾਹੁੰਦਾ, ਚਲਿਆ ਜਾ। ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਜੰਗ ਦਾ ਮੈਦਾਨ ਆ, ਇੱਥੇ ਭੱਜਣ ਦੀਆਂ ਸਲਾਹਾਂ ਨਹੀਂ ਦਿੱਤੀਆਂ ਜਾਂਦੀਆਂ, ਸ਼ਸਤਰ ਤੇਰੇ ਕੋਲ ਵੀ ਆ ਅਤੇ ਸ਼ਸਤਰ ਮੇਰੇ ਕੋਲ ਵੀ ਆ, ਮਾਂ ਦਾ ਪੋਤਿਆਂ 'ਤੇ ਵਾਰ ਕਰ। ਇੰਨੀ ਗੱਲ ਸੁਣ ਕੇ ਯਕੂਬ ਖਾਨ ਨੇ ਵੱਧ ਕੇ ਬਾਬਾ ਜੀ 'ਤੇ ਵਾਰ ਕੀਤਾ। ਉਹ ਸੀ ਹੰਕਾਰੀ, ਆਇਆ ਸੀ ਹੰਕਾਰੀ ਹੋ ਕੇ, ਬਾਬਾ ਜੀ ਨੇ ਖੰਡੇ 'ਤੇ ਸਹਿ ਸਭਾਈ ਡੱਕ ਲਿਆ। ਉਹਨੇ ਫਿਰ ਵਾਰ ਕੀਤਾ, ਬਾਬਾ ਜੀ ਨੇ ਫਿਰ ਡੱਕ ਲਿਆ। ਬਾਬਾ ਜੀ ਕਹਿੰਦੇ, ਓਏ ਜਵਾਨਾਂ, ਇਹ ਗੁਰੂ ਘਰ ਦਾ ਦਸਤੂਰ ਆ, ਅਸੀਂ ਤਿੰਨ ਮੌਕੇ ਦਿੰਦੇ, ਇੱਕ ਫਿਰ ਕਰ ਲਾ। ਉਹਨੇ ਫਿਰ ਵਾਰ ਕੀਤਾ, ਬਾਬਾ ਜੀ ਕਹਿਣ ਲੱਗੇ, ਲੈ ਹੁਣ ਡੱਕਣ ਵਾਲਾ ਬਣ। ਇੱਦਾਂ ਕਹਿ ਕੇ ਖੰਡਾ ਉਹਦੇ ਧੜ ਦੇ ਵਿੱਚੋਂ ਦੀ ਕੱਢਤਾ, ਅਤੇ ਖੰਡਾ ਐਂ ਲੰਘਿਆ ਜਿਵੇਂ ਸਾਬਣ ਦੀ ਗਾਚੀ ਥਾਣੀ ਤਾਰ ਲੰਘਦੀ ਹੁੰਦੀ ਆ। ਉਹ ਕਹਿੰਦੇ, ਮਾਸਾ ਜਿੰਨਾ ਵੀ ਉੱਟ ਗਿਆ ਨਹੀਂ,
ਬਾਬਾ ਜੀ ਦੀ ਬਾਹਾਂ ਦਾ ਕਿੱਡਾ ਕੁ ਬਲ ਹੋਏਗਾ। ਜਦੋਂ ਯਕੂਬ ਖਾਨ ਦੋ ਟੋਟੇ ਹੋ ਕੇ ਧਰਤੀ ਤੇ ਜਾਂਦਾ, ਬਾਕੀਆਂ ਨੇ ਵੇਖਿਆ ਬੋਤਲਿਆਂ ਦੇ ਹੌਸਲੇ ਉੱਡ ਗਏ। ਖਾਲਸਾ ਜੀ, ਤਮੂਰ ਦੇ ਕੋਲ ਜਵਾਨ ਬਖਸ਼ੀ ਜਹਾਨ ਖਾਨ ਖਲੋਤਾ ਸੀ। ਉਹਨੇ ਆਖਿਆ ਗਾ ਹੋ ਇਹੋ ਹੀ ਉਹਨਾਂ ਦਾ ਸਰਦਾਰ ਜਾਪਦਾ ਹੀ। ਉਹ ਆਇਆ ਬਾਬੇ ਦੀਪ ਸਿੰਘ ਦੇ ਸਾਹਮਣੇ, ਉਹ ਪੂਰੇ ਹੋਸ਼ੋ ਹਵਾਸ਼ ਨਾਲ ਆਇਆ, ਬਾਬਾ ਜੀ ਨਾਲ ਲੱਗਾ ਲੜਨ। ਬਾਬਾ ਜੀ ਦੇ ਨਾਲ ਕਈ ਚਿਰੋਂ ਜੰਗ ਕੀਤਾ। ਖਾਲਸਾ ਜੀ, ਜਦੋਂ ਆਗੂ ਲੜਨ ਲੱਗ ਜਾਣ ਉਦੋਂ ਮਾੜੇ ਮੋਟੇ ਖਾੜਾ ਖੁੱਲ੍ਹਾ ਕਰ ਦਿੰਦੇ ਆ, ਭਾਈ ਜਿੱਤ ਹਾਰ ਇਹਨਾਂ ਨੇ ਵਿਖਾ ਹੀ ਦੇਣੀ ਆ। ਲੜਦਿਆਂ ਲੜਦਿਆਂ ਯਕੂਬ, ਲੜਦਿਆਂ ਲੜਦਿਆਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅਤੇ ਜਹਾਨ ਖਾਨ ਦਾ ਵਾਰ ਸਾਂਝਾ ਹੋਇਆ। ਬਾਬਾ ਜੀ ਦਾ ਖੰਡਾ ਉਹਦੀ ਧੌਣ ਥਾਣੀ ਲੰਘ ਗਿਆ, ਉਹਦੀ ਕਿਰਪਾਨ ਬਾਬਾ ਜੀ ਦੀ ਧੌਣ 'ਤੇ ਵਾਰ ਕਰ ਗਈ। ਦੋਵੇਂ ਜਵਾਨ ਧਰਤੀ 'ਤੇ ਜਾ ਪਏ। ਬਾਬਾ ਜੀ ਨੂੰ ਡਿੱਗਦਿਆਂ ਵੇਖ ਇੱਕ ਸਿੰਘ ਨੇ ਆਖਿਆ ਵੀ ਬਾਬਾ ਜੀ ਦਾ ਪ੍ਰਣ ਸੀ ਪਰ ਬਾਬਾ ਜੀ ਸੀਸ ਭੇਟ ਕਰਨਗੇ, ਅਤੇ ਸਿੰਘ ਬਚਨ ਕਰੇ ਅਤੇ ਖਿਸਕਦਾ ਨਹੀਂ ਗਾ। ਅੱਜ ਕਈ ਸਹੁੰਾਂ ਖਾਂਦੇ ਆ ਵੀ ਮੈਂ ਸਹੁੰ ਖਾਨਾ, ਮੇਰੀ ਗੱਲ ਇੰਨੀ ਸੱਚੀ ਆ। ਜਿਹੜੇ ਬੰਦੇ ਨੂੰ ਆਪਣੀ ਗੱਲ ਦਾ ਯਕੀਨ ਦਿਵਾਉਣ ਵਾਸਤੇ ਆਪ ਸਹੁੰ ਖਾਣੀ ਪੈਣ ਡਈ ਆ, ਇਹਦਾ ਮਤਲਬ ਇਹ ਆ ਵੀ ਉਹਨੂੰ ਆਪਣੀ ਗੱਲ 'ਤੇ ਆਪ ਹੀ ਯਕੀਨ ਨਹੀਂ ਹੈਗਾ। ਅਤੇ ਜਿਹਨੂੰ ਆਪਣੀ ਗੱਲ ਦਾ ਆਪ ਯਕੀਨ ਨਹੀਂ ਆ, ਇਹੋ ਜਿਹੇ ਬੰਦੇ 'ਤੇ ਯਕੀਨ ਨਾ ਕਰਨਾ ਚੰਗਾ। ਸਾਡੇ ਸਿੱਖਾਂ ਵਿੱਚ ਸਹੁੰ ਖਾਣ ਦੀ ਕੋਈ ਮਰਿਆਦਾ ਨਹੀਂ ਆ, ਸਾਡੇ ਵਿੱਚ ਆ ਪ੍ਰਣ, ਜੇ ਕੀਤਾ ਵਾ ਤਾਂ ਮਰ ਜਾਣਾ ਪ੍ਰਣ ਨਿਭਾਉਣਾ। ਖਾਲਸਾ ਜੀ, ਹੁਣੀ ਖਿੜਖਿੜਾ ਕੇ ਕਹਿਣ ਲੱਗੀ ਬਾਬਾ ਵੇਖ ਲਿਆ ਹੀ, ਮੇਰੇ ਅੱਗੇ ਅੜਦਾ ਨਹੀਂ ਕੋਈ। ਅਜੇ ਇੰਨੀਆਂ ਗੱਲਾਂ ਹੋਈਆਂ, ਬਾਬਾ ਜੀ ਦਾ ਸਰੀਰ ਹਿੱਲਿਆ, ਉਹ ਲੱਥੇ ਸਿਰ ਤੋਂ ਖਾਲੀ ਧੜ ਉੱਠਿਆ। ਆਪੇ ਬਾਬਾ ਜੀ ਨੇ ਸੀਸ ਆਪਣੀ ਤਲੀ ਧਰਿਆ, ਖੰਡਾ ਫੜਿਆ। ਇਹ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਵੀ ਇੱਦਾਂ ਹੋਊਗਾ। ਜਿੰਨੇ ਵੀ ਸਿੰਘ ਨਾਲ ਗਏ ਸੀ, ਜੰਗ ਵਿੱਚ ਲੜਨਾ ਅਤੇ ਮਰਨਾ ਆਮ ਗੱਲ ਸੀ, ਪਰ ਕਿਸੇ ਨੂੰ ਇਹ ਨਹੀਂ ਪਤਾ ਵੀ ਬਾਬਾ ਜੀ ਇੱਦਾਂ ਵੀ ਉੱਠ ਕੇ ਤੁਰ ਪੈਣਗੇ। ਇਹ ਤਾਂ ਉਦੋਂ ਹੀ ਹੋਇਆ ਜਦੋਂ ਵੇਖਿਆ, ਅਤੇ ਜਿੰਨੇ ਜਿੰਨੇ ਵੇਖਿਆ ਉਹਦਾ ਅੰਦਰਲਾ ਸਾਹ ਅੰਦਰ ਅਤੇ ਬਾਹਰ ਦਾ ਬਾਹਰ ਰਹਿ ਗਿਆ। ਬਾਬਾ ਜੀ ਦਾ ਸਿੱਧਾ ਰੋਕ ਸੱਚਖੰਡ ਵੱਲ ਸੀ। ਜਦੋਂ ਸਿੰਘਾਂ ਨੇ ਬਾਬਾ ਦੀਪ ਸਿੰਘ ਸਾਹਿਬ ਦਾ ਇਹੋ ਜਿਹਾ ਰੂਪ ਵੇਖਿਆ, ਸਾਰਿਆਂ ਦੇ ਹੱਥ ਜੁੜ ਗਏ। ਜਦੋਂ ਤੁਰਕਾਂ ਨੇ ਦਰਾਨੀਆਂ ਨੇ ਬਾਬਾ ਜੀ ਦਾ ਇੱਦਾਂ ਦਾ ਪਹਿਰਾ ਵੇਖਿਆ, ਜਿਹੜਾ ਵੇਖੇ ਉਹ ਹੀ ਭੱਜੇ, ਜਿਹੜਾ ਵੇਖੇ ਉਹ ਹੀ ਭੱਜੇ। ਇੱਕ ਭੱਜਦਾ ਜਾਵੇ ਜਵਾਨ, ਅਤੇ ਮੂਰ ਨੇ ਆਖਿਆ ਵੇ ਭੱਜੇ ਕਿੱਧਰ ਜਾਂਦੇ ਹੋ, ਅਤੇ ਅੱਗੋਂ ਉਹਦਾ ਜਵਾਨ ਕਹਿੰਦਾ ਸਰਦਾਰ ਜੀ ਉਹਨਾਂ ਨਾਲ ਲੜੀਏ ਜਿਹੜੇ ਸਾਡੇ ਨਾਲ ਲੜਨ, ਜਿਹੜੇ ਜਿਉਂਦੇ ਹੋਣ, ਅਤੇ ਜੇ ਉਹ ਜਿਉਂਦੇ ਹੋਣ ਤਾਂ ਉਹਨਾਂ ਨੂੰ ਵੱਢ ਕੇ ਮਾਰ ਦਈਏ। ਇਹ ਤਾਂ ਵੱਢੇ ਵੀ ਤੁਰੇ ਫਿਰਨ ਡਏ ਨੇ, ਬਿਨਾਂ ਸਿਰ ਤੋਂ ਵੀ ਤੁਰੇ ਫਿਰਨ ਡਏ ਨੇ, ਇਹਨਾਂ ਨਾਲ ਅਸੀਂ ਨਹੀਂ ਲੜ ਸਕਦੇ। ਜਦੋਂ ਤਮੂਰ ਨੇ ਬਾਬਾ ਜੀ ਨੂੰ ਵੇਖਿਆ, ਉਹਨੇ ਆਖਿਆ ਜਿਹੜਾ ਬਚ ਸਕਦਾ ਬਚ ਲਓ ਅਤੇ ਭੱਜ ਜਾਓ। ਉਹ ਜਾਨ ਲੈ ਕੇ ਨਿਕਲੇ। ਸੁਣੀਏ ਬਾਬਾ ਜੀ ਨੇ ਜੰਗ ਜਿੱਤਿਆ ਕਿਵੇਂ ਆ, ਫੌਜਾਂ ਦਾ ਕਵੀ ਸ਼ਰ ਜਥਾ ਇਉਂ ਬੇਨਤੀ ਕਰਦਾ। ਉੱਠੇ ਬਾਬਾ ਦੀਪ ਸਿੰਘ ਜੋ ਦਾ ਖੰਡਾ ਹੱਥ ਫੜ ਕੇ, ਆਈ ਯਾਦ ਕਰੀ ਅਰਦਾਸ ਗੁਰੂ ਦਰ ਖੜਕੇ, ਮੈਂ ਰਣ ਵਿੱਚ ਮਾਰਾਂ ਆਏ ਮੁਗਲ ਜੋ ਚੜ ਕੇ, ਸੀਸ ਚੱਕ ਲਿਆ ਰਾਹ ਤੱਕ ਲਿਆ ਦਲੇਰ ਨੇ, ਖੰਡਾ ਵਾਉਣਾ ਸ਼ੁਰੂ ਕਰਤਾ ਉਹ ਬੁੱਢੇ ਸ਼ੇਰ ਨੇ, ਗੁਰਾਂ ਦੀ ਓਟ ਕਦੇ ਨਾ ਹਾਰੇ, ਹਰ ਥਾਂ ਤੇ ਗੱਲਾਂ ਪੁੱਜੀਆਂ ਰਣ ਵਿੱਚ ਸਾਰੇ, ਕਈ ਨੱਸ ਕੇ ਜਾਨ ਬਚਾਉਣ ਨਸੀਬਾ ਮਾਰੇ, ਖੰਡਾ ਚੱਲਦਾ ਕੋਈ ਨੀ ਚੱਲਦਾ ਘੇਰਦਾ, ਚਰੀ ਵਾਂਗ ਵੈਰੀ ਵੱਢਦਾ ਖੰਡਾ ਛੇਰਦਾ, ਉਹ ਸਿੰਘ ਦਿਲੋਂ ਹੁਸ਼ਿਆਰ ਜੋ ਵੈਰੀ ਰੋਲਣ, ਫਲ ਧਰਮ ਰਾਜ ਜੀ ਤੱਕੜ
ਸਿਰਾਂ ਨੂੰ ਤੋਲਣ, ਸਿੰਘ ਖੁਸ਼ੀ ਵਿੱਚ ਆ ਸ਼ੇਰ ਜਕਾਰੇ ਬੋਲਣ, ਵੈਰੀ ਰੋਣ ਪਏ ਦੁਖੀ ਹੋਣ ਪਏ ਨੱਸਦੇ, ਅੱਲਾ ਅੱਜ ਜਾਨ ਰੱਖ ਲੈ ਓਏ ਸਿੰਘਾਂ ਵਸ ਪਏ, ਕੋਈ ਰੋਕੇ ਉੱਤੇ ਢਾਲ ਕੁ ਤੇਗ ਚਲਾਵੇ, ਕੋਈ ਯਾਰ ਯਾਰ ਦੇ ਨਾਲ ਪਿਆਤ ਮਲਾਵੇ, ਕੋਈ ਅੱਲਾ ਅੱਲਾ ਕਰਦਾ ਜਾਨ ਬਚਾਵੇ, ਜੰਗ ਮੱਚਦੀ ਤੇਗ ਨੱਚਦੀ ਚੱਲਦੀ, ਵਿਆਹੇ ਲਾੜਿਆਂ ਨੂੰ ਮੌਤ ਮੱਲਦੀ, ਬਣਨ ਵਿੱਚ ਫਿਰਦੀ ਮੌਤ ਤੇਗ ਦੀ ਚੱਲੀ, ਬਣਨ ਵਿੱਚ ਫਿਰਦੀ ਮੌਤ ਤੇਗ ਦੀ ਚੱਲੀ, ਕਈ ਸਰੂਆਂ ਜਹੇ ਜਵਾਨ ਢਹਿਣ ਜੋ ਗੇਲੀ, ਭੱਜੇ ਛੱਡ ਯਾਰਾਂ ਨੂੰ ਯਾਰ ਜੂੰਡੀ ਦੇ ਬੇਲੀ, ਵੈਰੀ ਮੁੱਕਦੇ ਸਿੰਘ ਬੁੱਕਦੇ ਗੱਜਦੇ, ਮੋਰਚਾ ਤੇ ਸੂਰਮਿਆਂ ਦੇ ਉਹ ਡੰਕੇ ਵੱਜਦੇ, ਫਿਰੇ ਮੌਤ ਵਿਚੋਲੀ ਬਣ ਕੇ ਰਣ ਵਿੱਚ ਸਾਰੇ, ਕਦੇ ਸਿੰਘਾਂ ਤੋਂ ਜਾਨ ਬਚਾਈਏ ਕਰਨ ਕਈ ਚਾਰੇ, ਜੋ ਸਿੰਘਾਂ ਨੂੰ ਆਏ ਮਕਾਨ ਚਿੱਟੇ ਦਿਨ ਹਾਰੇ, ਨਹੀਂ ਬਲ ਪਿਆ ਦਲ ਚੱਲ ਪਿਆ ਰਣ ਤੋਂ, ਸਿੰਘਾਂ ਦਾ ਨਾ ਸਿਰ ਹੀ ਲਿਆ ਵੈਰੀ ਮਨ ਤੋਂ, ਜੋ ਮਾਰਨ ਸੱਟ ਲਹਾਰਿਓ ਤੇਗਾਂ ਖੜਕਣ, ਸਿੰਘ ਵਧੇ ਹੌਸਲੇ ਲੜਦੇ ਵੈਰੀ ਚਟਕਣ, ਸਿੰਘ ਵੈਰੀ ਨੂੰ ਪਏ ਮਾਰਨ ਮੌਤ ਤੇ ਮੜਕਣ, ਵੈਰੀ ਹਾਰਦੇ ਸਿੰਘ ਮਾਰਦੇ ਨੱਸ ਪਏ, ਓਏ ਅੱਲਾ ਅੱਜ ਜਾਨ ਰੱਖ ਲੈ ਆ ਸਿੰਘਾਂ ਵਸ ਪਏ, ਗੋਲੀਆਂ ਤੀਰ ਸਿੰਘਾਂ ਨੇ ਡੱਕੇ ਗੱਲ ਲੱਗ ਲੋਥਾਂ ਦੇ ਢੇਰ, ਜਿੱਧਰ ਕੋਈ ਤੱਕੇ ਸਿੰਘ ਰੱਖ ਤਲੀਆ ਤੇ ਖਾਨ ਮਾਰ ਲੈ ਫੱਕੇ, ਸ਼ੇਰ ਗੱਜਦੇ ਵੈਰੀ ਭੱਜਦੇ ਰੁੱਜ ਗਏ, ਅੰਮ੍ਰਿਤ ਸਾਰੇ ਆਣ ਕੇ ਸਿੰਘ ਪੁੱਜ ਗਏ, ਉਹ ਭਜੀ ਅੰਮ੍ਰਿਤ ਸਰ ਦੇ ਅੰਦਰ ਛੱਡੇ ਜਕਾਰੇ ਪਏ, ਪੁੱਜ ਅੰਮ੍ਰਿਤ ਸਰ ਦੇ ਅੰਦਰ ਛੱਡੇ ਜਕਾਰੇ ਗਏ, ਪੁੱਜ ਗੁਰੂ ਦੇ ਮੰਦਰ ਜੋ ਦੇ ਸਾਰੇ, ਜੋ ਹੈ ਹਰਦਾ ਹਰ ਮੰਦਰ ਤਪੇ ਦਿਲ ਠਾਰੇ, ਕੀਤੇ ਦਰਸ਼ਨ ਮੋਤੀ ਬਰਛਣ ਢੁੱਲ ਗਏ, ਜੋਗੀ ਸਿੰਘਾਂ ਸੂਰਮਿਆਂ ਦੇ ਚੱਲੇ ਚੱਲ ਗਏ, ਬਾਬਾ ਦੀਪ ਸਿੰਘ ਸਾਹਿਬ ਜੀ ਫਿਰ ਆਪਣੇ ਸਿੰਘਾਂ ਨਾਲ ਲੜਦੇ ਲੜਦੇ ਟਾਲਾ ਸਾਹਿਬ ਵਾਲੀ ਧਰਤੀ ਤੋਂ ਚਾਲਾ ਮਾਰਿਆ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਣ ਪਹੁੰਚੇ, ਤੇ ਉੱਥੇ ਜਾ ਕੇ ਕਈ ਕਹਿੰਦੇ ਆਵੇ ਜਿੱਥੇ ਪਰਿਕਰਮਾ 'ਚ ਸਥਾਨ ਆ ਉੱਥੇ ਸੀਸ ਧਰਿਆ, ਪਰ ਗੱਲ ਸੀਸ ਭੇਟ ਕਰਨ ਦੀ ਹੋਈ ਸੀ। ਮੈਂ ਸਿੰਘਾਂ ਕੋਈ ਗੱਲ ਸੁਣੀ ਆ, ਬਾਬਾ ਜੀ ਨੇ ਜਾ ਕੇ ਨਮਸਕਾਰ ਕੀਤੀ, ਚਾਰ ਪਰਿਕਰਮਾ ਕੀਤੀਆਂ ਹਰਿਮੰਦਰ ਦੀਆਂ। ਜੇ ਬਾਬਾ ਜੀ ਬਿਨਾਂ ਸਿਰ ਤੋਂ 6 ਮੀਲ ਤੁਰ ਕੇ ਆ ਸਕਦੇ ਸੀ, ਅੰਦਰ ਜਾਣ 'ਚ ਕੀ ਇਤਰਾਜ਼ ਸੀ? ਕਈ ਕਹਿੰਦੇ ਆ ਵੀ ਜਦੋਂ ਗੱਲ ਮੁੱਕਦੀ ਜਿੱਥੇ ਮੁੱਕ ਗਈ ਉੱਥੇ ਛੱਡਤੀ, ਪਰ ਇੱਦਾਂ ਗੱਲ ਛੱਡਿਆ ਗੱਲ ਪੂਰੀ ਤਾਂ ਨਹੀਂ ਹੁੰਦੀ। ਬਾਬਾ ਜੀ ਨੇ ਪਰਿਕਰਮਾ ਕੀਤੀਆਂ, ਸੀਸ ਭੇਟ ਕੀਤਾ, ਫਿਰ ਇਹ ਤਾਂ ਕੋਈ ਅੰਦਾਜ਼ਾ ਲਾ ਹੀ ਨਹੀਂ ਸਕਦਾ ਬਾਬਾ ਜੀ ਜੀਂਦੇ ਆ ਕਿ ਮਰੇ। ਜਿਹੜਾ ਬਾਬਾ ਜੀ ਦੇ ਨਾਂ ਨਾਲ ਸ਼ਹੀਦ ਸ਼ਬਦ ਲੱਗਦਾ ਨਾ, ਇਹ ਕਲਗੀ ਵਾਲੇ ਪਾਤਸ਼ਾਹ ਨੇ ਆਪ ਲਾਇਆ, ਉਦੋਂ ਬਾਬਾ ਜੀ ਆ ਤਿਆਰ ਬਰ ਤਿਆਰ ਸਨ। ਜਿਉਂਦਿਆਂ ਬਾਬਾ ਜੀ ਨੂੰ ਸ਼ਹੀਦ ਦਾ ਤਖਲਸ ਮਿਲਿਆ। ਅਤੇ ਖਾਲਸਾ ਜੀ, ਅੱਜ ਕਈ ਕਹਿੰਦੇ ਮੇਰੇ 'ਚ ਬਾਬਾ ਦੀਪ ਸਿੰਘ ਆ ਗਿਆ, ਕਈ ਮੈਂ ਵੀਡੀਓ ਵੇਖੀ ਮੇਰੇ 'ਚ ਬਾਬਾ ਬੋਤਾ ਸਿੰਘ ਆ ਗਿਆ, ਇਹੋ ਜਿਹੇ ਆ ਗਏ। ਅਤੇ ਉਹਨਾਂ ਨੂੰ ਪੁੱਛੋ ਵੀ ਸੰਥਿਆ ਕੀਤੀ ਆ, ਅਤੇ ਪੜ੍ਹਨ ਸਵਾਦ ਨਾ ਮੂਲ ਮੰਤਰ ਵੀ ਨਾ, ਅਤੇ ਬਾਬਾ ਜੀ ਉਹਨਾਂ 'ਚ ਆਉਣ ਡਏ ਨੇ ਜਿਨ੍ਹਾਂ ਨੇ 4 ਬੀੜਾ ਗੁਰਮੁਖੀ ਅਤੇ 1 ਫਾਰਸੀ 'ਚ ਲਿਖੀ ਆ, ਬਾਬਾ ਜੀ ਉਹਨਾਂ 'ਚ ਆਉਣ ਡਏ। ਖਾਲਸਾ ਜੀ, ਜੇ ਬਾਬਾ ਜੀ ਨੇ ਭਾਉਂ ਚੌਂ ਕੇ ਇਹਨਾਂ ਮਲ ਮੂਤਰ ਦੇ ਸਰੀਰਾਂ 'ਚ ਹੀ ਆਉਣਾ ਹੁੰਦਾ, ਅਤੇ ਉਹਨਾਂ ਦਾ ਆਪਣਾ ਸਰੀਰ ਇਹਨਾਂ ਨਾਲੋਂ ਜ਼ਿਆਦਾ ਪਵਿੱਤਰ ਸੀ।
ਜੇ ਬਾਬਾ ਜੀ ਉਦੋਂ ਬਿਨਾਂ ਸਿਰ ਤੋਂ ਚੱਲ ਸਕਦੇ ਸੀ ਉਹ ਧੜ ਰੱਖ ਸਕਦੇ ਸੀ, ਪਰ ਇਹ ਤਾਂ ਲੋਕਾਂ ਪਖੰਡ ਹੀ ਫੜ ਲਿਆ ਵੀ ਸਿਰ ਮਾਰਨੇ। ਸ਼ਹੀਦ ਕਦੀ ਸਿਰ ਮਾਰਦੇ ਹੁੰਦੇ ਆ? ਸ਼ਹੀਦ ਤਾਂ ਡਾਂਗ ਫੇਰਦੇ ਹੁੰਦੇ, ਮੈਂ ਫਿਰਦੀ ਵੇਖੀ ਆ। ਕਿਉਂਕਿ ਮੈਂ ਰਾਮਲੀਲਾ ਵਾਲਾ ਬੰਦਾ ਨਹੀਂ ਆ ਵੀ ਦੀਵਾਨ ਆਇਆ ਤੇ ਬਾਣਾ ਪਾ ਲਿਆ। ਮੈਂ ਦਲ ਪੰਥ ਦਾ ਨਿਹੰਗ ਸਿੰਘ, ਅਸੀਂ ਭਰਾ ਵਾਂ ਸਕੇ, ਅਸੀਂ ਦਲ ਪੰਥ ਦੇ ਸਿੰਘ ਹਾਂ। ਅਸੀਂ ਵੇਖਿਆ ਵਾ ਵੀ ਸ਼ਹੀਦ ਕਿੱਦਾਂ ਵਰਤਦੇ ਆ। ਜਿਹੜਾ ਤੇ ਸ਼ਹੀਦਾਂ ਦਾ ਨਾਂ ਜਪੇ ਉਹਨਾਂ ਨੂੰ ਤੱਤੀ ਵਾਰ ਨਹੀਂ ਲੱਗਦੀ, ਤੇ ਜਿਹੜਾ ਸ਼ਹੀਦਾਂ ਦਾ ਮੱਥਾ ਲਾਵੇ ਇਹੋ ਜਿਹਾ ਰਗੜਦਿਆਂ ਵੀ ਮੁੜ ਕੇ ਹੱਥ ਲਾ ਲਾ ਬੰਦਾ ਵਹਿੰਦਾ। ਇਹ ਸ਼ਹੀਦਾਂ ਦਾ ਪ੍ਰਤਾਪ ਆ। ਤੇ ਕਈ ਕੋਲੋਂ ਹੀ ਕਹਿੰਦੇ ਮੇਰੇ 'ਚ ਆ ਜੇ ਇੱਦਾਂ ਦੀ ਗੱਲ ਹੁੰਦੀ ਨਹੀਂ, ਸਿੱਖਾਂ ਵਿੱਚ ਇਹੋ ਜਿਹੀ ਗੱਲ ਨਹੀਂ ਗੀ। ਇਹਨਾਂ ਨੂੰ ਤਾਂ ਭੂਤ ਪ੍ਰੇਤ ਦੀ ਚੰਬੜੇ ਹੁੰਦੇ ਆ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕੋਲੇ ਕਾਬਲ ਦੀ ਸੰਗਤ ਆਈ, ਇੱਕ ਸਿੱਖ ਨੇ ਆਖਿਆ ਮਹਾਰਾਜ ਸਾਡੇ ਨਾਲ ਇੱਕ ਜੀ ਆਇਆ ਉਹਦੇ 'ਚ ਭੂਤ ਆ ਜਾਂਦੇ ਆ। ਮਹਾਰਾਜ ਕਹਿੰਦੇ ਲਿਆਓ ਉਹਨੂੰ ਸੱਦ ਕੇ। ਜਦੋਂ ਲਿਆਂਦਾ ਮਹਾਰਾਜ ਕਹਿੰਦੇ ਭਾਊ ਜਪਜੀ ਸਾਹਿਬ ਦਾ ਪਾਠ ਕਰਦਾ। ਕਹਿੰਦਾ ਮਹਾਰਾਜ ਉਹ ਕੀ ਹੁੰਦਾ? ਮਹਾਰਾਜ ਕਹਿੰਦੇ ਉਹ ਇਹ ਤਾਂ ਆਪ ਭੂਤ ਆ, ਇਹਦੇ 'ਚ ਭੂਤ ਕਿੱਥੋਂ ਆਉਣਾ? ਜਿਹਨੇ ਕਦੀ ਬਾਣੀ ਨਹੀਂ ਪੜ੍ਹੀ, ਜਿਹਨੇ ਕਦੇ ਸੇਵਾ ਨਹੀਂ ਕੀਤੀ, ਉਹ ਤਾਂ ਆਪ ਹੀ ਭੂਤ ਆ। ਉਹਦੇ ਵਿੱਚ ਭੂਤਾਂ ਨੇ ਹੋਰ, ਭੂਤਾਂ ਕੋਲੇ ਭੂਤ ਆਉਂਦੇ ਆ, ਸਿੱਖਾਂ ਕੋਲੇ ਸਿੱਖ ਆਉਂਦੇ ਆ, ਸ਼ਹੀਦਾਂ ਕੋਲੇ ਸ਼ਹੀਦ ਆਉਂਦੇ ਆ। ਇਹ ਗੱਲ ਐਵੇਂ ਹੀ ਚੱਲਦੀ, ਚੋਰਾਂ ਕੋਲੇ ਚੋਰ, ਸਾਧਾਂ ਕੋਲੇ ਸਾਧ। ਫਿਰ ਖਾਲਸਾ ਜੀ ਇਸ ਤਰ੍ਹਾਂ ਹੀ ਚੱਲਦਾ ਪੈਦਾ। ਅਤੇ ਮੈਂ ਆਪਦੀ ਸੇਵਾ ਵਿੱਚ ਹੁਣ ਇਤਿਹਾਸ ਦੀ ਇੱਕ ਕਵਿਤਾ ਕਹਿ ਕੇ ਫਿਰ ਖੁਸ਼ੇ ਲੈਣੇ ਆ ਵੀ ਸਿੱਖਾਂ ਦਾ ਜਿਹੜਾ ਸਿਦਕੇ ਆਣਾ ਇਹਦੀਆਂ ਲੜੀ ਜਿਹੜੀ ਆ ਸ਼ਾਹੀ ਨਾਲ ਨਹੀਂ ਲਿਖੀ ਗਈ। ਦੁਨੀਆਂ ਦੇ ਜਿੰਨੇ ਇਤਿਹਾਸ ਨੇ ਕਾਗਜ਼ ਕਲਮ ਦੇ ਲਿਖੇ ਗਏ ਨੇ, ਸ਼ਾਹੀ ਨਾਲ ਲਿਖੇ ਨੇ। ਇੱਕ ਸਿੱਖ ਜਗਤ ਦਾ ਇਹੋ ਜਿਹਾ ਇਤਿਹਾਸ ਹੈ। ਸਿੱਖਾਂ ਦੀ ਉਮਰ ਹੈਗੀ ਆ 550 ਸਾਲ ਕੇਵਲ, ਹੁਣ ਤੱਕ ਇੰਨੀ ਉਮਰ ਆ ਸਿੱਖਾਂ ਦੀ, ਅਤੇ ਸ਼ਹੀਦ ਇੰਨੇ ਜ਼ਿਆਦਾ ਹੋਏ ਆ ਭਾਈ। ਅੱਜ ਤੱਕ ਸਾਡੇ ਕੋਲ ਸਾਰਿਆਂ ਸ਼ਹੀਦਾਂ ਦੇ ਨਾਮ ਨਹੀਂ ਲਿਖੇ ਗਏ, ਇੰਨੇ ਜ਼ਿਆਦਾ ਸ਼ਹੀਦ ਆ। ਅੱਜ ਤੱਕ ਸਾਡੇ ਕੋਲ ਸਾਰੇ ਸ਼ਹੀਦਾਂ ਦੇ ਨਾਂ ਨਹੀਂ ਲੱਭੇ। ਖਾਲਸਾ ਜੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਦੋ ਸ਼ਹੀਦ ਹਨ, ਕਾਜੀ ਰੁਕਣਦੀਨ ਸਾਹਿਬ ਜਿਹਦੇ ਨਾਲ ਮਹਾਰਾਜ ਨੇ ਕਰਨੀਨਾਮਾ ਬਾਣੀ ਉਚਾਰੀ ਆ, ਉਹ ਕਾਜੀ ਰੁਕਣਦੀਨ ਸ਼ਹੀਦ। ਅਸੀਂ ਲੜਾਈ ਕਿਸੇ ਹੋਰ ਹੀ ਗੱਲ ਦੀ ਪਾ ਕੇ ਬਹਿ ਗਏ ਹਾਂ। ਜਿਹੜੀ ਮੰਜ਼ਿਲ ਤੈਅ ਕਰਨੀ ਸੀ ਉਹ ਰਾਤ ਖੁੰਝ ਗਏ। ਇਹ ਮੈਂ ਤੁਹਾਨੂੰ ਦੱਸਣ ਡਿਆ, ਕਈਆਂ ਨੇ ਸੁਣ ਕੇ ਇੱਥੇ ਰਹਿਣ ਦੇਣੀ ਆ, ਮੀਡੀਆ ਚੱਲਣ ਡਿਆ, ਕੋਈ ਚੱਜ ਵਾਲਾ ਬੰਦਾ ਸੁਣੇਗਾ ਸ਼ਾਇਦ ਮੇਰੀ ਗੱਲ ਮੰਨ ਵੀ ਲਵੇ। ਪਰ ਹੁਣ ਤਾਂ ਲੜਾਈ ਬੇਮਤਲਬੀਆਂ ਗੱਲਾਂ ਦੀ ਆ, ਕੀ ਖਾਣਾ ਚਾਹੀਦਾ, ਕੀ ਪੀਣਾ ਚਾਹੀਦਾ, ਸਿੱਖ ਆਹ ਨਹੀਂ ਕਰਦਾ, ਸਿੱਖ ਉਹ ਨਹੀਂ ਕਰਦਾ। ਅਸਲ ਜਿਹੜਾ ਮਕਸਦ ਸੀ ਉਹ ਸਾਰੇ ਹੀ ਭੁੱਲ ਗਏ। ਹੁਣ ਸਿੱਖੀ ਨੂੰ ਵੀ ਮੋਹਰਾ ਬਣਾ ਲਿਆ ਗਿਆ ਵੀ ਜੇ ਵੋਟ ਉੱਦਾਂ ਨਹੀਂ ਮਿਲਦੀ ਤਾਂ ਤਖ਼ਤ ਦੇ ਨਾਂ 'ਤੇ ਵੋਟ ਲੈ ਲਓ, ਸਿੱਖਾਂ ਦੇ ਨਾਂ 'ਤੇ ਵੋਟ ਲੈ ਲਓ, ਇੱਦਾਂ ਦੀ ਗੱਲ। ਹੁਣ ਪੰਥ ਦੀ ਗੱਲ ਤੋਂ, ਧਰਮ ਕਰਮ ਦੀ ਗੱਲ ਤੋਂ, ਉੱਚੇ ਸੁੱਚੇ ਕਿਰਦਾਰ ਤੋਂ, ਨਿਆਰੇਪਣ ਤੋਂ ਸਾਰੇ ਹੀ ਖਿਸਕ ਗਏ ਆ, ਕੋਈ ਵੀ ਨਹੀਂ ਰਹਿ ਗਿਆ। ਪਰ ਚੇਤਾ ਰੱਖੀਏ ਜਿਨ੍ਹਾਂ ਨੇ ਗੁਰੂ ਪੰਥ ਲਈ ਜਾਨਾਂ ਵਾਰੀਆਂ ਉਹਨਾਂ ਨੂੰ ਕੋਈ ਕਲੰਕ ਨਹੀਂ ਲਾ ਸਕਦਾ, ਉਹਨਾਂ ਦਾ ਖੂਨ ਬਹੁਤਾ ਹੀ ਪਵਿੱਤਰ ਸੀ। ਉਹਨਾਂ ਦੇ ਖੂਨ ਦੀ ਇਹ ਰੰਗਣਾ ਹੈ ਜੋ ਅੱਜ ਅਸੀਂ ਤਿਆਰ ਰਹਿ ਕੇ ਜੋੜ ਮੇਲੇ ਮਨਾ ਰਹੇ ਹਾਂ। ਸੁਣੀਏ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਫੌਜਾਂ ਦਾ ਕਮਿਸ਼ਨਰ ਜਥਾ ਇਉਂ ਬੇਨਤੀ ਕਰਦਾ। ਸ਼ਹੀਦਾਂ ਦੇ ਸਰਤਾਜ ਤੇ ਆਵਾਂ ਪੰਜਵੇਂ ਸਤਿਗੁਰ ਅਰਜਣਾ, ਤੱਤੀ ਲੋ ਤੇ ਲਾਸ ਮਾਦੀ ਲਗੇ ਜ਼ੁਲਮ ਨੂੰ ਵਰਜਣਾ। ਓ ਮਰਦੀ ਅਕਾਲੀ ਸੰਤ ਸਿਪਾਹੀ ਬਣ ਗਏ ਧਰਮ ਬਜਾਰੀ, ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਨ ਦੇਸ ਤੋਂ ਵਾਰੀ। ਸ਼ਹੀਦਾਂ ਦੇ ਸਰਤਾਜ ਤੇ ਆਵਾਂ ਪੰਜਵੇਂ ਸਤਿਗੁਰ ਅਰਜਣਾ, ਤੱਤੀ ਲੋ ਤੇ ਲਾਸ ਮਾਦੀ ਲਗੇ ਜ਼ੁਲਮ ਨੂੰ ਵਰਜਣਾ। ਓ ਮਰਦੀ ਅਕਾਲੀ ਸੰਤ ਸਿਪਾਹੀ
ਜਿਹੜਾ ਫੇਰਿਆ ਵਿੱਚ ਬਜ਼ਾਰਾ ਸੱਜੇ ਪਾਸੇ ਰਹੇ ਜਿਨ੍ਹਾਂ ਦੇ ਵਿਧੀ ਚੰਦ ਬਲਕਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਦੇਸ਼ ਤੋਂ ਵਾਰੀ ਉਹ ਹਸ ਗੁਰੂ ਗੋਬਿੰਦ ਸਿੰਘ ਨੇ ਲਾਲ ਧਰਮ ਤੋਂ ਵਾਰੇ ਦੋ ਚਮਕੌਰ ਤੇ ਦੋ ਸਰਹੰਦ ਚ ਹਸ ਤੋਰ ਤੇ ਚਾਰੇ ਅੰਮ੍ਰਿਤ ਸਭ ਨੂੰ ਪਾਨ ਕਰਾ ਕੇ ਡਿੱਗੀ ਕੌਮ ਸਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਦੇਸ਼ ਤੋਂ ਵਾਰੀ ਉਹ ਬੰਦਾ ਸਿੰਘ ਬਹਾਦਰ ਜੋਧੇ ਜਾ ਸਰਹੰਦ ਨੂੰ ਟਾਇਆ ਜਿੰਨਾ ਸਾਡੀ ਅਣਖ ਵੰਗਾਰੀ ਉਹਨਾਂ ਨੂੰ ਸਮਝਾਇਆ ਹਰਿਮੰਦਰ ਦੀ ਦੀਪ ਸਿੰਘ ਨੇ ਸਿਰ ਤੇ ਛਾਲ ਸਵਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਦੇਸ਼ ਤੋਂ ਵਾਰੀ ਉਹ ਸਿੱਖ ਰਾਜ ਦੀ ਮਹਾਰਾਜ ਰਣਜੀਤ ਨੇ ਵਾਗ ਸੰਭਾਲੀ ਹਰੀ ਸਿੰਘ ਜਰਨੈਲ ਜਿਨ੍ਹਾਂ ਦਾ ਫੂਲਾ ਸਿੰਘ ਅਕਾਲੀ ਭਾਈ ਸ਼ਹੀਦੀ ਦਾਸ ਬਲਾਵੀ ਸ਼ਾਮ ਸਿੰਘ ਅਟਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਦੇਸ਼ ਤੋਂ ਵਾਰੀ ਕਹਿੰਦਾ ਮਸਤ ਜਗੀਰ ਜਦੋਂ ਵੀ ਦੁਸ਼ਮਣ ਕੀਤੇ ਹੱਲੇ ਕਈ ਜਸਮਾਨ ਨਾਲ ਬੰਬ ਬੰਨ ਕੇ ਆ ਗਏ ਟੈਂਕਾਂ ਥੱਲੇ ਮਹਿੰਦਰ ਸਿੰਘ ਜਸਵੀਰ ਸਿੰਘ ਦੀ ਸਿਫਤ ਕੀ ਕਰੇ ਲਕਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਦੇਸ਼ ਤੋਂ ਵਾਰੀ ਭਾਈ ਉਹਨਾਂ ਸ਼ਹੀਦਾਂ ਨੂੰ ਸਦਾ ਹੀ ਨਮਸਕਾਰ ਆ ਅਤੇ ਹੁਣ ਮੈਂ ਇੰਨਾ ਕੁਝ ਕਹਿ ਕੇ ਤੁਹਾਡੇ ਤੋਂ ਖੁਸ਼ੇ ਲੈਂਦਾ ਹਾਂ ਇਤਿਹਾਸ ਕਹਿੰਦਿਆਂ ਬਹੁਤ ਵੱਧ ਘੱਟ ਬੋਲ ਕਹੇ ਜਾਂਦੇ ਆ ਜਾਂ ਤਾਂ ਕੋਈ ਗੱਲ ਵੱਧ ਹੋ ਜਾਂਦੀ ਆ ਅਤੇ ਜਾਂ ਕੁਝ ਰਹਿ ਜਾਂਦੀ ਆ ਪਰ ਆਪ ਜੀ ਬਖਸ਼ਣਹਾਰ ਹੋ ਸਤਿਗੁਰੂ ਜੀ ਸਮਤ ਬਖਸ਼ਣ